नमस्कार, चमकदे सितारे प्रोग्राम तुहाडा स्वागत है। मैं हाँ दविंदर वर्मा। डेट ऑफ बर्थ ते टाइम तुरंत तुहाडी समस्या का हल। जदों किसी की फोन कॉल लगती टीवी की वॉल्यूम घट रखनी। हैलो। हैलो, हाँ जी, हाँ जी पंडित जी, सत श्री अकाल जी। मैं चंडीगढ़ तो गल कर रही हूं, डेट दा पूछना सी सर। डेट और टाइम दस दो जल्दी। 1/10/1993 जी। हाँ जी, बेटे दा नाम गुरप्रीत सिंह, टाइम 9:30 सवेरे। की पूछना चाहते हो? मैं पूछना है पंडित जी, बहुत तंग करदा, कोई काम कार नहीं करदा, 8 महीने हो गए पिओ दी डेथ हुई नूं, ते बस इदां ही काम च कोई मन नहीं लाउंदा, कुछ नहीं। बगैर जोड़ तो चांदी का कड़ा पाना, बगैर सोचे काम करना, सूरज नूं जल देना, आपदे कोले नहीं रखना। 43 दिन लगातार नीले या जामनी कलर के फुल जमीन च दबाने। ठीक है जी। जुतियां खादिया। आपा की लेना किसे तो? हां जी। ਇਸ ਕਰਕੇ ਮਸਤ ਹੋ ਜਾਓ। ਦੂਜੇ ਨੰਬਰ ਤੇ ਬੱਚੇ ਨੂੰ ਆਪਦੇ ਕੋਲੋਂ ਦੂਰ ਭੇਜ ਦਿਓ ਤੇ ਧਾਰਮਿਕ ਸਥਾਨ ਤੇ ਚਿੱਟੀ ਚੀਜ਼ ਦਾ ਸ਼ੁੱਕਰਵਾਰ ਨੂੰ ਦਾਨ ਦੇਣਾ, ਚੀਨੀ ਜਾਂ ਬਰਫੀ। ਠੀਕ ਹੈ ਜੀ। ਇਹਨੂੰ ਆਪਦੇ ਕੋਲੋਂ ਦੂਰ ਭੇਜ ਦਿਓ, ਨਹੀਂ ਤਾਂ ਇਹਨੇ ਤੁਹਾਡੇ ਕੋਲ ਰਹਿ ਕੇ ਤੁਹਾਨੂੰ ਖਰਾਬ ਕਰੂਗਾ। 2017 ਹਾਂਜੀ, 2018 ਹਾਂਜੀ, ਤੇ ਕਾਮਯਾਬ ਹੁੰਦਾ ਨਹੀਂ ਜਦ ਤੱਕ ਤੁਹਾਡੇ ਕੋਲ ਰਹੂਗਾ। ਤੇ ਪੰਡਿਤ ਜੀ, ਇਹਨੂੰ ਇਹਦੇ ਫਾਦਰ ਦੀ ਨੌਕਰੀ ਦੇ ਹੀ ਪੇਪਰ ਜਮ੍ਹਾਂ ਕਰਾਇਓ, ਜੌਬ ਮਿਲਣੀ ਹੈ, ਉਹਦਾ ਕੀ ਕਰਾਂ? ਦੇਖੋ ਜੀ, ਹਲੇ ਕੋਈ ਜੌਬ ਨਹੀਂ ਮਿਲਣੀ, ਪੈਸੇ ਜਮ੍ਹਾਂ ਕਰਾਤੇ, ਪੇਪਰ ਕੁਛ ਕਰਤਾ, 2018 ਦੇ ਐਂਡ ਤੱਕ ਨਹੀਂ ਬਣਨਾ, 2019 ਚ ਜਾ ਕੇ ਕੰਮ ਬਣੂਗਾ। ਹਾਂਜੀ, ਜੈ ਸ਼੍ਰੀ ਰਾਮ। ਠੀਕ ਹੈ ਜੀ। ਹੈਲੋ ਹੈਲੋ ਹੈਲੋ, ਹਾਂਜੀ। 21/9/1986 ਜਨਮ ਦਾ ਟਾਈਮ 7:30 to 8 ਤਾਈਂ, ਸਵੇਰ ਦਾ ਜੀ, ਸ਼ਾਮ ਦਾ? ਸਵੇਰ ਦਾ ਜੀ। ਕੀ ਪੁੱਛਣਾ ਚਾਹੁੰਦੇ ਹੋ? ਇਹ ਜੀ ਪੁੱਛਣਾ ਚਾਹੁੰਦਾ, ਇਹ ਭਾਬੀ ਜੀ ਆ ਮੇਰੇ, ਸਰਕਾਰੀ ਨੌਕਰੀ ਬਾਰੇ ਪੁੱਛਣਾ ਚਾਹੁੰਦੇ ਜੀ। ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਇੱਥੋਂ ਜੀ ਕਪੂਰਥਲੇ ਤੋਂ ਬੋਲਦਾ ਜੀ। ਬਗੈਰ ਸੋਚੇ ਕੋਈ ਕੰਮ ਕਰਨਾ ਜਾਂ ਪੇਪਰ ਦੇਣੇ ਜਾਂ ਕੁਛ ਵੀ ਕਰਨਾ, ਬਗੈਰ ਸੋਚੇ? ਹਾਂਜੀ। ਸੋਚ ਕੇ ਨਹੀਂ ਕੁਛ ਕਰਨਾ। ਠੀਕ ਹੈ ਜੀ। ਕਿਸੇ ਨੂੰ ਪੈਸੇ ਨਹੀਂ ਦੇਣੇ। ਠੀਕ ਹੈ ਜੀ। ਤੇ ਆਪਦਾ ਧਿਆਨ ਰੱਖਣਾ, ਰੋਟੀ ਰਸੋਈ ਚ ਖਾਣੀ। 2018 चावल कच्चे दुध च छावे सुका के आपदे कोले रखने। ठीक है जी। और घर दे विच बिजली दा समान खराब नहीं रखना। ठीक है जी। जय श्री। हैलो। नमस्कार जी। नमस्कार जी। मेरा है 4/6/1975। की पूछना चाहते हो जी? अपने काम कार बारे जी। केड़ी जगह तो बोल रहे हो? नूर महल। की काम कर दे हो? खेती बाड़ी। ਤੁਹਾਡਾ ਦਿਮਾਗ ਪੁੱਠਾ ਜ਼ਿਆਦਾ ਚੱਲਦਾ, ਸਿੱਧਾ ਘੱਟ ਚੱਲਦਾ ਜੀ? ਪਹਿਲੇ ਕਾਲ ਕਦੋਂ ਲੱਗੀ ਸੀਗੀ? ਪਹਿਲੀ ਵਾਰੀ। ਹਾਂਜੀ, ਪਹਿਲੀ ਵਾਰੀ। ਕਿਉਂਕਿ ਤੁਹਾਡੀ ਕੁੰਡਲੀ ਪਹਿਲੇ ਕਿੰਨੇ ਫੇਰ ਪੁੱਛਿਆ? ਹਾਂਜੀ, ਪਹਿਲੇ ਵੀ ਤੁਹਾਡੀ ਕੁੰਡਲੀ ਕਿਸੇ ਨੇ ਪੁੱਛੀ ਹੈ? ਨਹੀਂ ਜੀ, ਕਿਉਂਕਿ ਆਈ ਹੋਈ ਹੈ ਮੇਰੇ ਕੋਲੇ। ਅੱਛਾ ਜੀ, ਪਰ ਮੈਂ ਪਹਿਲੀ ਵਾਰੀ ਗੱਲ ਕੀਤੀ। ਤੁਸੀਂ ਕੋਈ ਪੁੱਠਾ ਕੰਮ ਨਹੀਂ ਕਰਨਾ। ਠੀਕ ਜੀ। ਕੋਈ ਲਾਲਚ ਨਹੀਂ ਕਰਨਾ। ਠੀਕ ਜੀ। ਯਾਰਾਂ ਦੋਸਤਾਂ ਤੋਂ ਦੂਰ ਰਹਿਣਾ। ਠੀਕ ਜੀ। ਤੇ ਕਦੇ ਕਦੇ ਆਲੂ ਉਬਾਲ ਕੇ ਗਾਂ ਨੂੰ ਖਵਾਣੇ। ਠੀਕ ਜੀ। ਪਰਾਈ ਇਸਤਰੀ ਤੋਂ ਦੂਰ ਰਹਿਣਾ। ਠੀਕ ਜੀ। ਔਰ ਆਪਦੇ ਕੰਮ ਚ ਮਸਤ ਰਹਿਣਾ। ਤੇ ਬੱਚਿਆਂ ਨੂੰ ਟੋਫੀਆਂ ਮੰਗਲਵਾਰ ਨੂੰ ਹਰ ਮਹੀਨੇ ਵੰਡਣੀਆਂ। ਠੀਕ ਜੀ। ਇਹ ਉਪਾਅ ਕਰਨੇ ਜੇ ਜੀ ਕਰੇ ਜੀ,
ਤਾਂ ਘਿਓ ਤੇ ਰੂਹ ਦਾ ਗੁਰਦੁਆਰੇ ਦਾਨ ਦੇ ਦਿਆ ਕਰੋ। ਠੀਕ, ਜੈ ਸ਼੍ਰੀ ਰਾਮ। ਹੈਲੋ, ਹੈਲੋ, ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। 30/4/1980 30/4/1980 ਜਨਮ ਦਾ ਟਾਈਮ ਜੀ? ਸਵੇਰ 4 to 5 ਦੇ ਵਿੱਚ ਜੀ। ਕੀ ਪੁੱਛਣਾ ਚਾਹੁੰਦੇ ਹੋ ਜੀ? ਕੰਮ ਕਰ ਜਮਾ ਚੱਲਦਾ ਨੀ ਗਾ ਜੀ, ਬੰਦ ਆ ਜੀ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਜੀਰੇ ਤੋਂ ਇੰਦਰਪਾਲ ਸਿੰਘ ਬੋਲਦਾ ਜੀ। ਅੱਛਾ ਜੀ, ਕੀ ਕਰਦੇ ਹੋ? ਬੈਂਕ ਦਾ ਜੀ। ਅੱਛਾ, ਉਹੀ ਬੋਲਦੇ ਹੋ? ਹਾਂਜੀ 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 ਪੰਡਿਤ ਜੀ। ਸਹੀ ਹੈ ਕਿ ਗਲਤ ਹੈ? ਬਿਲਕੁਲ ਜੀ। ਅੱਛਾ, ਤੁਸੀਂ ਹੁਣ ਇੱਕ ਗੱਲ ਸੁਣੋ। ਹਾਂਜੀ। ਅੱਜ ਕੁਝ ਤੁਸੀਂ ਮੇਰੇ ਖਿਆਲ ਤਕਰੀਬਨ ਇਸ ਗੱਲ ਨੂੰ 2-3 ਮਹੀਨੇ ਹੋ ਗਏ ਆਪਣੀ ਗੱਲ ਨੂੰ। ਹਾਂ, ਹੋ ਗਏ 3 ਮਹੀਨੇ ਹੋ ਗਏ। ਤੇ ਜਦੋਂ ਤੁਸੀਂ ਪਹਿਲੀ ਵਾਰੀ ਕਾਲ ਲੱਗੀ ਸੀ, ਕੀ ਗੱਲ ਹੋਈ ਸੀ ਆਪਣੀ? ਉਦੋਂ ਹੋਈ ਸੀ ਕਿ ਬਸ ਆ ਜਾਓ ਕਰਾਂ ਫਟਾਫਟ। ਤੇ ਫਿਰ ਕੀ ਹੋਊਗਾ? ਬਿਲਕੁਲ ਜੀ, ਉਹ ਤਾਂ ਹੋ ਗਿਆ ਜੀ ਕੰਮ ਓਕੇ ਜੀ। ਹੁਣ ਲੋਕਾਂ ਨੂੰ ਦੱਸ ਦੋ ਨਾ ਕੀ ਗੱਲ ਹੋਈ ਸੀ ਆਪਣੀ। ਬਿਲਕੁਲ, ਤੇ ਆਖੇ ਇੱਕ ਵਾਰੀ ਆ ਜਾਓ ਜੀ ਆਪਣਾ, ਬਾਕੀ ਕਰੂ ਤਾਂ ਪ੍ਰਮਾਤਮਾ ਇੱਕ ਵਾਰੀ ਘਰ ਤਾਂ ਅਸੀਂ ਕਰਦੇ ਨੇ ਧੱਕੇ ਨਾ। ਪਰ ਇੱਕ ਗੱਲ ਸੁਣੋ, ਹਾਂਜੀ, ਹਮੇਸ਼ਾ ਘਰਦਿਆਂ ਦਾ ਧੱਕਾ ਚੰਗਾ ਕੰਮ ਆਉਂਦਾ ਜਾਂ ਮਾੜੇ ਕੰਮ ਨਹੀਂ ਆਉਂਦਾ? ਬਿਲਕੁਲ ਬਿਲਕੁਲ ਜੀ। ਤੁਸੀਂ ਮੇਰੇ ਬੈਠੇ ਸੀ ਸਵੇਰੇ, ਇੱਕ ਗੱਲ ਹੋਰ ਸੁਣ ਲਓ। ਹਾਂਜੀ, ਮੇਰੇ ਵੀ ਜ਼ਿੰਦਗੀ ਦੇ ਰਿਜ਼ਲਟ ਤੁਹਾਡੇ ਵਰਗੇ 2-4 ਹੀ ਆ ਜਿਹੜੇ ਤੁਰੰਤ ਰਿਜ਼ਲਟ ਮਿਲੇ ਵੀ ਅੱਜ ਤੁਸੀਂ ਅਪਾਈ ਕੀਤਾ, ਕੱਲ ਤੁਸੀਂ ਬਰੀ ਹੋ ਗਏ। ਬਿਲਕੁਲ ਹੋ ਗਏ ਸ਼ੋਰ ਜੀ। ਠੀਕ ਹੈ ਜੀ, ਚਲੋ ਤੁਹਾਡਾ ਫਾਇਦਾ ਹੋਇਆ, ਕੋਈ ਐਸੀ ਗੱਲ ਨਹੀਂ। ਹਾਂਜੀ, ਹੁਣ ਇਹ ਕਿ ਦਾਸ ਨੂੰ ਆ ਜੀ ਪ੍ਰੋਪਰ ਹੋਈ। ਹਾਂਜੀ, ਇੱਕ ਪ੍ਰੋਪਰ ਆਈ, ਇਹ ਕੇਸ ਹੀ ਬੈਂਕ ਦਾ ਹੀ ਆ, ਛੋਟਾ ਜਿਹਾ ਉਹ ਤਾਂ ਸਿਰੇ ਤੇ ਆਈ ਉਹ ਵੀ। ਕੋਈ ਗੱਲ ਨਹੀਂ ਜੀ, ਕਰ ਦਾਂਗੇ, ਕੋਈ ਟੈਨਸ਼ਨ ਨਾ ਲਓ। ਠੀਕ ਹੈ, ਤੇ ਇਹ ਕੰਮ ਕਾਰ ਨਹੀਂ, ਜਮਾਂ ਹੀ ਕੰਮ ਬੰਦ ਪਿਆ ਜੀ, ਕੋਈ ਨਹੀਂ ਕੰਮ ਆਉਂਦਾ ਜੀ, ਜਮਾਂ ਹੀ ਬੰਦ ਆ। ਮੇਰੀ ਇੱਕ ਗੱਲ ਸੁਣੋ। ਹਾਂਜੀ, ਮੇਰਾ ਪ੍ਰੋਗਰਾਮ ਕਦੋਂ ਤੋਂ ਦੇਖਦੇ ਪਏ ਹੋ? ਪ੍ਰੋਗਰਾਮ ਤਾਂ ਹੋ ਗਏਗਾ 1.5-2 ਸਾਲ ਹੀ ਹੋ ਗਏ ਸੀਗੇ, ਪਰ ਕਾਲ ਨਹੀਂ ਲੱਗ ਰਹੀ ਸੀਗੀ। ਮੇਰੀ ਗੱਲ ਸੁਣੋ, ਮੈਂ ਪਿਛਲੇ ਕਈ ਮਹੀਨਿਆਂ 2 ਮਹੀਨਿਆਂ ਤੋਂ ਕਹਿੰਦਾ ਆ ਰਿਹਾ ਕਿ ਇਹ ਸਿਸਟਮ ਠੀਕ ਨਹੀਂ ਹੋਣਾ, ਕੰਮ ਦਾ ਖਰਾਬ ਹੋਊਗਾ। ਹਾਂਜੀ ਹਾਂਜੀ, 2 ਸਾਲਾਂ ਤੋਂ ਮੈਂ ਕਹਿੰਦਾ ਆਉਂਦਾ ਵਾ, ਦਿਨੋ ਦਿਨ ਆਪਾਂ ਬਿਲਕੁਲ ਟਾਈਟ ਹੋ ਜਾਵਾਂਗੇ। ਬਿਲਕੁਲ ਬਿਲਕੁਲ, ਕਿਹਾ ਸੀਗਾ ਜੀ ਤੁਸੀਂ ਉਦੋਂ ਵੀ, ਜਦੋਂ ਆਇਆ ਸੀ ਉਦੋਂ ਕਿਹਾ ਸੀਗਾ। ਔਰ ਅੱਜ ਦੇ ਹਾਲਾਤ ਇਹ ਹੋਏ ਪਏ ਹੈ, ਯਕੀਨ ਕਰੋ ਕਿ ਕਿਸੇ ਬੰਦੇ ਦੇ ਘਰੇ ਫੰਕਸ਼ਨ ਹੈ ਨਾ। ਹਾਂਜੀ, ਉਸ ਬੰਦੇ ਦੀ ਨੀਂਦ ਉੱਡ ਗਈ, ਉਹ ਬੰਦੇ ਨੂੰ ਇਹ ਵੀ ਮੈਂ ਆਤਮ ਹੱਤਿਆ ਕਰ ਲਵਾਂ। ਬਿਲਕੁਲ ਸਹੀ ਗੱਲ ਹੈ ਪੰਡਿਤ ਜੀ ਤੁਹਾਡੀ। ਇੱਕ ਗੱਲ ਮੇਰੀ ਸੁਣੋ। ਹਾਂਜੀ, ਕੋਈ ਕੰਮ ਬਗੈਰ ਪੈਸਿਆਂ ਤੋਂ ਹੁੰਦਾ ਨਹੀਂ ਜੀ। ਦੂਜੇ ਨੰਬਰ ਤੇ ਹਰੇਕ ਬੰਦੇ ਨੇ ਜਿਹਨੇ ਪੈਸੇ ਦੇਣੇ ਕਹਿੰਦੇ ਚੈੱਕ ਲੈ ਲਓ। ਬਿਲਕੁਲ ਜੀ, ਪੈਸਾ ਕੋਈ ਦਿੰਦਾ ਹੀ ਨਹੀਂ, ਚੈੱਕ ਵਾਲੇ ਬੰਨੇ ਆਏ, ਚੈੱਕ ਤੇ ਪੇਮੈਂਟ ਕੈਸ਼ ਨਹੀਂ ਹੁੰਦੀ। ਬਾਓ ਜੀ, ਚੋਰਾਂ ਦੀ ਸਰਕਾਰ ਹੈ। ਬਿਲਕੁਲ ਜੀ, ਸੁਣੀ ਜਾਈਓ, ਸਾਡੇ ਪੈਸੇ ਹੈ। ਹਾਂਜੀ, ਕੱਲ ਇੱਕ ਮੈਂ ਮੋਬਾਈਲ ਲੈਣ ਚਲਾ ਗਿਆ। ਹਾਂਜੀ, ਮੇਰੇ ਕੋਲੇ ਪਿਛਲੇ 3 ਸਾਲਾਂ ਤੋਂ ਮੋਬਾਈਲ ਚੱਲਦਾ ਪਿਆ। ਹਾਂਜੀ, ਮੇਰਾ ਬੱਚਾ ਕਹਿੰਦਾ ਪਾਪਾ ਮੋਬਾਈਲ ਲੈ ਲਓ, ਤੁਹਾਡੇ ਕੋਲ ਮੋਬਾਈਲ, ਮੋਬਾਈਲ ਦਾ ਕੁਦਰਤੀ ਸਪੀਕਰ ਖਰਾਬ ਹੋ ਗਿਆ। ਅੱਛਾ ਜੀ, ਜਦੋਂ ਮੈਂ ਦੁਕਾਨ ਤੋਂ ਮੋਬਾਈਲ ਲੈਣ ਗਿਆ, ਹਾਂਜੀ, ਉਹ ਕਹਿੰਦੇ ਜੀ 18,000 ਦਾ। ਅੱਛਾ ਜੀ, ਉਹ ਪੈਸੇ ਜੇ ਚ ਨਹੀਂ, ਕਾਰਡ ਹੀ ਦੇਣਾ। ਬਿਲਕੁਲ ਜੀ ਸ਼ੋਰ, ਉਹਨਾਂ ਨੇ ਜੀ 180 ਰੁਪਈਏ ਕੱਟ ਲਏ ਖਰਚਾ ਜੀ, ਖਰਚਾ। ਅੱਛਾ ਜੀ, ਪਹਿਲੇ ਨੰਬਰ ਤੇ ਮੋਬਾਈਲ ਕੰਪਨੀ ਨੇ ਪੈਸੇ ਕਮਾਏ, ਫਿਰ ਜਿਹੜੇ ਡੀਲਰ ਨੇ ਉਹਨੇ ਪੈਸੇ ਕਮਾਏ, ਦੋਵਾਂ ਨੇ ਕਮਾਏ, ਫਿਰ ਜਿਹੜੇ ਦੁਕਾਨਦਾਰ ਨੇ ਦਿੱਤੇ ਉਹਨੇ ਪੈਸੇ ਕਮਾਏ, ਕਮਾਏ। ਤੀਜੇ ਨੰਬਰ ਤੇ ਸਾਡੀ ਟੋਈ ਮਾਰੀ, ਬੈਂਕ ਵਾਲੇ ਨੇ ਸਾਡੇ ਪੈਸਿਆਂ ਤੋਂ ਹੀ ਪੈਸੇ ਕਮਾਏ, ਕਮਾਏ ਸ਼ੋਰ, ਕਮਾਈ। ਦੱਸੋ ਕਿਹਦੇ ਗੋਲੀ ਮਾਰੀ ਹੈ? ਮਾਰੀ ਤਾਂ ਸਰਕਾਰ ਦੇ ਪੈਣੀ ਯਾਰ, ਕਰਾਂਗੇ ਕੀ ਆਪਾਂ? ਸਹੀ ਗੱਲ ਹੈ, ਲੋਕ ਹੁਣ ਵੀਰ ਜੀ ਜਦ ਤੱਕ ਆਪਾਂ ਉੱਠਾਂਗੇ ਨੀ, ਆਪਣੀ ਜਾਨ ਨੀ ਬਚਣੀ, ਨਹੀਂ ਬਚਣੀ ਬਿਲਕੁਲ ਜੀ, ਆਪਾਂ ਨੂੰ ਅੰਦਰ ਵੜ ਵੜ ਕੇ ਕੁੱਟੂਗੇ, ਕੁੱਟਣਾ ਹੈ ਜੀ। ਲੋਕ ਤਾਂ ਹੁਣ ਲੋਕ ਹੀ ਚਾਹਣਗੇ ਤਾਂ ਫੇਰ ਹੀ ਆਏ ਮੰਨ ਜੀ। ਦੇਖੋ ਦੌਰ ਆ ਗਿਆ ਵੋਟਾਂ ਦਾ। ਹਾਂਜੀ, ਉਹ ਦੁਨੀਆ ਬਦਲੂਗੀ। ਬਿਲਕੁਲ ਜੀ, ਔਰ ਦੇਖੋ ਇੱਕ ਗੱਲ ਸੁਣੋ, ਆ ਹੁਣ ਕਿੰਨੇ ਪੈਸੇ ਫੜੇ ਗਏ ਕੱਲ, ਅੱਜ ਟੀਵੀ ਚੱਲ ਜਾਂਦਾ, ਰੋਜ਼ ਫੜੇ ਜਾਂਦੇ, ਕੀ ਹੋਇਆ? ਕਿਸੇ ਬੰਦੇ ਦਾ ਕੁਛ ਹੋਇਆ? ਕੁਛ ਨੀ ਹੋਇਆ ਜੀ, ਹੋਣਾ ਕਾਹਦਾ ਜੀ, ਉਦੋਂ ਉਦੀ ਕਰ ਲੈਂਦੇ ਬਸ। ਤੇ ਦੂਜੇ ਨੰਬਰ ਤੇ ਸਾਡੇ ਘਰੋਂ ਸਾਲਾ ਮੇਰਾ 50,000 ਰੁਪਈਆ ਨੀ ਨਿਕਲਦਾ, ਨਹੀਂ ਨਿਕਲਦਾ। ਸਹੀ ਗੱਲ ਹੈ ਜੀ, ਤੇ ਸਾਰਿਆਂ ਕੋਲੋਂ ਇਕੱਠੇ ਕਰ ਲਈਏ, 20,000 ਨੀ ਨਿਕਲਣਾ, ਨਹੀਂ ਨਿਕਲਣਾ ਜੀ, ਕਿਤੇ ਜੇ ਕੋਈ ਇਹੋ ਜਿਹੀ ਐਮਰਜੈਂਸੀ ਪੈ ਜਾਏ, ਨਹੀਂ ਨਿਕਲਣਾ ਜੀ। ਬਾਓ ਜੀ, ਸਭ ਤੋਂ ਵੱਡੀ ਗੱਲ ਪਤਾ ਕੀ ਹੈ? ਹਾਂਜੀ, ਹੁਣ ਅਸੀਂ ਫੋਰਨ ਜਾ ਕੇ ਆਏ ਆ। ਹਾਂਜੀ, ਮੈਂ ਹੁਣ ਪਿੱਛੇ ਤਾਸ਼ਖੰਡ ਜਾ ਕੇ ਆਏ ਆ। ਅੱਛਾ ਜੀ, ਉੱਥੇ ਲੋਕ, ਹਾਂਜੀ, ਪੁਲਿਸ ਵਾਲੇ ਖੜੇ ਹਰ ਜਗ੍ਹਾ। ਅੱਛਾ ਜੀ,
ਔਰ ਪੁਲਿਸ ਵਾਲੇ ਕੋਲ ਸਿਰਫ ਇੱਕ ਡੰਡਾ ਹੈ ਸਿਰਫ ਹੀ ਉਹ ਵੀ ਇੱਕ ਫੁੱਟ ਦਾ ਅੱਛਾ ਜੀ ਉਹ ਵੀ ਉਹਨੇ ਲੱਕ ਨਾਲ ਟੰਗਿਆ ਹੋਇਆ ਠੀਕ ਹੈ ਜੀ ਤੇ ਲੋਕ ਪੈਸੇ ਜਿਹੜੇ ਨਾ ਚੇਂਜ ਕਰਦੇ ਆ ਹਾਂਜੀ ਲਫਾਫਿਆਂ 'ਚ ਲੈ ਕੇ ਲੋਕਾਂ ਦੇ ਲੋਕਾਂ ਨੂੰ ਆਵਾਜ਼ਾਂ ਮਾਰ ਕੇ ਪੈਸੇ ਚੇਂਜ ਕਰਦੇ ਡੋਲਰ ਦੇ ਕੇ ਪੈਸੇ ਲੈ ਲਓ ਉੱਥੇ ਚੇਂਜ ਕਰਦੇ ਆ ਆਪਣਾ ਅਮੈਰੀਕਨ $100 ਦੇ ਮਗਰ 670,000 ਰੁਪਇਆ ਦਿੰਦੇ ਹੋ ਠੀਕ ਹੈ ਤੇ ਆਪੇ ਤਾਂ ਲੈਣਾ ਲੱਗਿਆ ਜੀ ਤੇ ਮੇਰੀ ਗੱਲ ਤਾਂ ਸੁਣ ਲਓ ਪੈਸੇ ਜਿੱਦਾਂ ਮਰਜ਼ੀ ਲਓ ਕੋਈ ਪਤਾ ਨਹੀਂ ਰੋੜਾਂ ਦੇ ਲੈ ਲਓ ਪੈਸੇ ਠੀਕ ਹੈ ਲੇਕਿਨ ਸਭ ਤੋਂ ਵੱਡੀ ਚੀਜ਼ ਪਤਾ ਕੀ ਹੁੰਦੀ ਹੈ ਹਾਂਜੀ ਹਰ ਇੱਕ ਬੰਦੇ ਨੂੰ ਇਹ ਦੇਖਣਾ ਚਾਹੀਦਾ ਕਿ ਅਸੀਂ ਆਪਦਾ ਫਾਇਦਾ ਆਪਦੀ ਪਬਲਿਕ ਦਾ ਜਾਂ ਦੁਨੀਆ ਦਾ ਫਾਇਦਾ ਕਿੱਦਾਂ ਹੁੰਦਾ ਬਿਲਕੁਲ ਜੀ ਹੁਣ 50 ਦਿਨ ਕਹਿੰਦੇ ਸੀ ਹਾਂਜੀ 50 ਦਿਨ ਖਤਮ ਹੋ ਗਏ 60 ਵੀ ਖਤਮ ਹੋ ਗਏ 60 ਹੋ ਗਈ ਤੇ ਕਿੰਨੇ ਚੌਂਕ ਚ ਮੋਦੀ ਨੂੰ ਖੜਾ ਕਰ ਲਿਆ ਕਿੰਨੇ ਗੋਲੀ ਮਾਰਤੀ ਕਿਸੇ ਨੇ ਨਹੀਂ ਜਿਹੜੇ ਵੱਡਾ ਬੰਦਾ ਤਾਂ ਉਹਨਾਂ ਨੂੰ ਤਾਂ ਪੰਡਿਤ ਜੀ ਘਰੇ ਜਾ ਕੇ ਬੈਂਕ ਵਾਲੇ ਦੇ ਕੇ ਆਉਂਦੇ ਆ ਜੀ ਭਾਜੀ ਮੈਨੂੰ ਪਤਾ ਹੈ ਹਾਂਜੀ ਅਸੀਂ ਪਿੱਛੇ ਜੇ ਮੈਨੂੰ ਪੈਸੇ ਚਾਹੀਦੇ ਸੀਗੇ ਹਾਂਜੀ ਔਰ ਮੇਰੇ ਗੇੜੇ ਇਦਾਂ ਲੱਗੇ ਮੈਨੂੰ ਪਤਾ ਮੈਂ ਪੈਸੇ ਕਿੱਦਾਂ ਇਕੱਠੇ ਕੀਤੇ ਆ ਹਾਂਜੀ ਹੁਣ ਆਮ ਬੰਦੇ ਵਾਸਤੇ ਔਰ ਇੱਕ ਨਵਾਂ ਚੱਕਰ ਸਮਝ ਲੱਗਿਆ ਸ਼ੁੱਕਰਵਾਰ ਤੋਂ ਵੀਰਵਾਰ ਤੋਂ ਵੀਰਵਾਰ ਪੈਸੇ ਦਿੰਦੇ ਆ ਹਾਂਜੀ ਇੱਕ ਹਫ਼ਤਾ ਗਿਣਿਆ ਜਾਂਦਾ ਜੇ ਏਟੀਐਮ 'ਚ 2 ਵਾਰੀ ਪੈਸੇ ਕਢਾ ਲਏ ਤਾਂ ਵੀ ਨਹੀਂ ਮਿਲਦੇ ਨਹੀਂ ਮਿਲਦੀ ਉਹ ਵੀ ਸਰ ਬਹੁਤ ਜ਼ਿਆਦੀ ਤੇ ਮੈਂ ਇਹ ਚਾਹੁੰਦਾ ਕਿ ਆਪਣਾ ਰੱਬ ਰਾਖਾ ਹੈ ਬਿਲਕੁਲ ਜੀ ਆਪਾਂ ਬਹਿ ਗਏ ਡਾਕੂਆਂ ਦੇ ਵਾਹ ਪੈ ਗਏ ਜੀ ਕੋਈ ਸ਼ੱਕ ਨਹੀਂ ਗਾ ਜੀ ਤੇ ਹੁਣ ਤਾਂ ਰੱਬ ਬਚਾਵੇ ਬਿਲਕੁਲ ਜੀ ਤੇ ਤੁਸੀਂ ਕੀ ਕਰਨਾ 2 ਉਪਾਏ ਕਰਨੇ ਮੇਰੇ ਹਾਂਜੀ ਮਾਤਾ ਪਿਤਾ ਦੇ ਪਿਆਰੀ ਹੱਥ ਲਾਣੇ ਮੰਮੀ ਆਈ ਕੱਲੀ ਉਹਨਾਂ ਦੇ ਲਾਣੇ ਸੂਰਜ ਨੂੰ ਜਲ ਦੇਣਾ ਠੀਕ ਹੈ ਟੁੱਟੀ ਹੋਈ ਕੁਰਸੀ ਮੇਜ ਘਰੇ ਨੀ ਰੱਖਣਾ ਠੀਕ ਹੈ ਤੇ ਜ਼ਿੰਦਗੀ 'ਚ ਇੱਕ ਚੀਜ਼ ਦਾ ਧਿਆਨ ਰੱਖੋ ਹਾਂਜੀ ਦਿਮਾਗ ਤੁਹਾਡਾ ਹਲੇ ਵੀ ਪੁੱਠਾ ਬਹੁਤ ਚੱਲਦਾ ਜੀ ਆਪਾਂ ਨਹੀਂ ਚਲਾਣਾ ਭਾਜੀ ਠੀਕ ਹੈ ਮੈਂ ਤੁਹਾਡੀ 2 ਵਾਰੀ ਮਦਦ ਹੋਰ ਕਰੂੰਗਾ ਠੀਕ ਹੈ ਤੇ ਜੇ ਤੁਸੀਂ ਨਾ ਹਟੇ ਠੀਕ ਹੈ ਤਾਂ ਮੈਂ ਤੁਹਾਨੂੰ ਮੁੜ ਕੇ ਹੱਥ ਨਹੀਂ ਪਾਣਾ ਨਹੀਂ ਕਰਦੇ ਫਿਰ ਚੱਲਦਾ ਜੀ ਕਰ ਤੁਹਾਡੇ ਮੇਰੇ ਕੋਲੇ ਕੰਮ ਦੇ ਬੜੇ ਰਸਤੇ ਹੋਰ ਹੈ ਠੀਕ ਹੈ ਪਰ ਕੰਮ 1 ਨੰਬਰ ਦਾ ਕਰਨਾ ਬਿਲਕੁਲ ਹੀ 1 ਦੇ ਕਰਾਂਗੇ ਜਿਵੇਂ ਤੁਸੀਂ ਆਖੋ ਤਾਂ ਹੀ ਤਾਂ ਤੁਹਾਡੇ ਕੋਲੇ ਆਏ ਕਿਉਂਕਿ ਆਪਾਂ ਨਹੀਂ ਕਰਨਾ ਮੈਨੂੰ ਪਤਾ ਹਲੇ ਤੁਸੀਂ ਹਟਦੇ ਨਹੀਂ ਪਏ ਹਾਂਜੀ ਹੱਥ ਮਾਰੀ ਜਾਂਦੇ ਆਪਾਂ ਛੱਡ ਦੋ ਇਸ ਚੀਜ਼ ਨੂੰ ਠੀਕ ਹੈ ਜੀ ਲਾਲਚ ਵੀਰ ਜੀ ਬੁਰੀ ਬਣਾਏ ਆ ਜਿਹੜੇ ਉਹ ਪੁਰਾਣੇ ਸੱਜਣਾ ਜੀ ਘਾਟੇ ਪਏ ਆ ਫਿਰ ਉਸ ਹਿਸਾਬ ਨਾਲ ਉਹ ਕਹਿੰਦੇ ਆਏ ਨਾ ਆਏ ਕਰ ਲਗੇ ਫਿਰ ਗੱਲ ਸੁਣੋ ਹਾਂਜੀ ਜਿਹੜਾ ਸੱਟਾ ਲਾਉਣ ਵਾਲਾ ਹੁੰਦਾ ਨਾ ਹਾਂਜੀ ਉਹ ਜੂਆ ਲਾਉਣ ਵਾਲਾ ਹੁੰਦਾ ਹਾਂਜੀ ਉਹ ਜੂਏ ਜੀ ਆਪਦੇ ਪੈਸੇ ਪੂਰੇ ਕਰਨ ਦੀ ਕੋਸ਼ਿਸ਼ ਕਰਦਾ ਸਹੀ ਗੱਲ ਹੈ ਇਹ ਪੈਸੇ ਨਹੀਂ ਪੂਰੇ ਹੁੰਦੇ ਸਹੀ ਗੱਲ ਹੈ ਹੁਣ ਮੈਂ ਤੁਹਾਨੂੰ ਦੱਸਣਾ ਬੰਦੇ ਨੂੰ ਨਾ ਆਪਦੇ ਮਨ ਤੇ ਕੰਟਰੋਲ ਰੱਖਣਾ ਚਾਹੀਦਾ ਹਾਂਜੀ ਹੁਣ ਤੁਹਾਨੂੰ ਮੈਂ ਗੱਲ ਸੁਣਾਉਣਾ ਹਾਂਜੀ ਮੈਂ ਕਈ ਪਿਛਲੇ ਸਾਲਾਂ ਤੋਂ ਕਿਤੇ ਜੋਤ ਸੰਮੇਲਨ 'ਚ ਨਹੀਂ ਜਾਂਦਾ ਠੀਕ ਹੈ ਐਤਕੀ ਤਾਸ਼ਖੰਡ ਦੇ ਵਿੱਚ ਜੋਤ ਸੰਮੇਲਨ ਸੀਗਾ ਤੇ ਮੈਨੂੰ ਮੇਰੇ ਦੋਸਤ ਕਹਿਣ ਲੱਗੇ ਵੀ ਲੈ ਕੇ ਜਾਣਾ ਵਰਮਾ ਜੀ ਤੁਹਾਡੇ ਨਾਲ ਮੇਰੀ ਬਣਦੀ ਹੈ ਕਿੰਨੀ ਤਰੀਕ ਦਾ ਇਹ 28 ਤਰੀਕ ਦਾ ਸੀਗਾ ਤੇ 3 ਤਰੀਕ ਨੂੰ ਅਸੀਂ ਆਏ ਹਾਂ ਅੱਛਾ ਤੇ ਮੈਂ ਕਿਹਾ ਜੀ ਮੈਂ ਜਾਂਦਾ ਨੀ ਮੇਰਾ ਨਾਮ ਮਨ ਕਰਦਾ ਛੱਡੋ ਪਰ ਮੈਂ ਕਿਹਾ ਜੇ ਜਾਣਾ ਤੇ ਆਪਾਂ ਪੈਕੇਜ ਲੈ ਕੇ ਚੱਲਦੇ ਆਪਾਂ ਕੱਲੇ ਘੁੰਮ ਆਉਂਦੇ ਹਾਂ ਹਾਂਜੀ ਸਾਨੂੰ ਪੈਕੇਜ ਮਿਲਦਾ ਸੀ 35,000 ਦਾ ਅੱਛਾ ਜੀ ਉਹਨਾਂ ਨੇ ਸਾਡੇ ਤੋਂ ਲਿੱਤਾ 48,000 ਰੁਪਈਆ ਡਬਲ ਲੈ ਗਈ ਮੈਂ ਕਿਹਾ ਜੀ ਚਲੋ ਕੋਈ ਨੀ ਚੱਲਦੇ ਹਾਂ ਨਾਲ ਜਾਣਾ ਹੈ ਹਾਂਜੀ ਔਰ ਕਈ ਵਾਰੀ ਅਸੀਂ ਜਦੋਂ ਜਾਂਦੇ ਮੂਡ ਖਰਾਬ ਪਤਾ ਕਿੱਥੋਂ ਹੁੰਦਾ ਹਾਂਜੀ ਕਹਿੰਦੇ ਹੁੰਦੇ ਆ ਕਿ ਹੁਣ ਦੇਖੋ ਅਸੀਂ ਆ ਸਰਦਾਰ ਬਿਲਕੁਲ ਸਾਡੇ ਗੁਰਦੁਆਰੇ ਦੇ ਵਿੱਚ ਕੋਈ ਵੀ ਬੰਦਾ ਗਲਤ ਕੰਮ ਕਰੇ ਹਾਂਜੀ ਮੀਟ ਦਾਰੂ ਪੀਏ ਉਹਦੇ ਉੱਥੇ ਡੰਡੇ ਪੈਣੇ ਸ਼ੁਰੂ ਹੋ ਜਾਂਦੇ ਆ ਹੋ ਜਾਂਦੇ ਕੋਈ ਸ਼ੱਕ ਨਹੀਂ ਤੇ ਸਾਡਾ ਏਡਾ ਵੱਡਾ ਵਿਦਵਾਨ ਬੰਦਾ ਦਾ ਸੰਮੇਲਨ ਹੋਵੇ ਉੱਥੇ ਉਹਨੇ ਲਿਖ ਕੇ ਘੱਲ ਦਿੱਤਾ ਸੁਣਨ ਵਾਲੀ ਆ ਗੱਲ ਵੀ ਜਿਹੜਾ ਬੰਦੇ ਦੇ ਕੋਲੇ ਕੋਈ ਡਿਗਰੀ ਹੋਊਗੀ ਹਾਂਜੀ ਉਹਨੂੰ ਮੈਡਲ ਦਿੱਤਾ ਜਾਊਗਾ ਅੱਛਾ ਜੀ ਤੇ ਮੈਂ ਕਹਿ ਕੇ ਜਾਂਦਾ ਹੁੰਦਾ ਵੀ ਜੋਤੀਆਂ ਸਾਡਾ ਸੰਮੇਲਨ ਹੁੰਦਾ ਤੁਸੀਂ 5,000 ਰੁਪਇਆ 10,000 ਰੁਪਇਆ ਵੱਧ ਦਵੋ ਹਾਂਜੀ ਤੇ ਤੁਸੀਂ ਕਿਸੇ ਰਿਕਸ਼ੇ ਵਾਲੇ ਨੂੰ ਮੈਡਲ ਦਵਾ ਦਿਓ ਹਾਂਜੀ ਉਹਨਾਂ ਨੂੰ ਪੈਸਿਆਂ ਤੱਕ ਮਤਵਲ ਹੈ ਬਿਲਕੁਲ ਜੀ ਜਦੋਂ ਅਸੀਂ ਉੱਥੇ ਰਾਤ ਨੂੰ ਦੇਖਿਆ ਡਰਾਮਾ ਹਾਂਜੀ ਚੰਗੇ ਚੰਗੇ ਜੋਤਸੀ ਦੇਖਣ ਵਾਲੇ ਜੋਤਸੀ ਤੇ ਰਾਤ ਨੂੰ ਪੀਣ ਦਾਰੂਆਂ ਹਾਂਜੀ ਮੀਟ ਖਾਣ ਮੈਂ ਕਿਹਾ ਯਾਰ ਇਹ ਬੰਦਾ ਕੀ ਭਲਾ ਕਰੂ ਬੰਦੇ ਦਾ ਬਿਲਕੁਲ ਜੀ ਤਾਂ ਤੁਹਾਡੀ ਪੰਡਿਤ ਜੀ ਗੱਲ ਸਹੀ ਹੈ ਤੁਸੀਂ ਕੱਬੇ ਫਿਰ ਗੱਲ ਮੂੰਹ ਤੇ ਮਾਰਦੇ ਨਾ ਤੁਸੀਂ ਆਪੇ ਅਗਲੇ ਨੂੰ ਗੁੱਸਾ ਤਾਂ ਲੱਗਦਾ ਜ਼ਰੂਰ ਪਰ ਬਾਅਦ ਚ ਸੋਚਦਾ ਤੇ ਉੱਥੇ ਲੇਡੀਜ਼ ਗਈਆਂ ਉਹ ਵੀ ਦਾਰੂ ਪੀਣ ਅੱਛਾ ਜੀ ਤੇ ਜਿਹੜੇ ਬੰਦੇ ਵਿਦਵਾਨ ਬੰਦੇ ਜੋ ਕਹਿੰਦੇ ਆ ਵੀ ਜਿਹਦੇ ਬੰਦੇ ਕੋਲੇ ਡਿਗਰੀ ਹੋਊਗੀ ਜਿਸ ਬੰਦੇ ਦੇ ਕੋਲੇ ਕੋਈ ਕਾਲਜ ਦੀ ਡਿਗਰੀ ਹੋਊਗੀ ਉਹਨੂੰ ਮੈਡਲ ਦਿੱਤਾ ਜਾਊਗਾ ਜਿਹੜਾ ਬੰਦਾ 20 ਬੰਦੇ ਇਕੱਠੇ ਕਰਕੇ ਲੈ ਗਿਆ ਉਹਨੂੰ 3-3 ਮੈਡਲ ਦੇਤੇ ਫਿਰ ਉਹ ਤਾਂ ਇੱਕ ਫਾਰਮੈਲਿਟੀ ਹੋ ਗਈ ਇੱਕ ਫੋਰਨ ਦੇ ਵਿੱਚ ਅਸੀਂ ਜਾਂਦੇ ਆ
ਉੱਥੇ ਜਾ ਕੇ ਅਸੀਂ ਆਪਦਾ ਜੋਤਿਸ਼ ਦਾ ਦਿਖਾ ਕੇ ਤੇ ਲੋਕਾਂ ਨੂੰ ਸਰਟੀਫਿਕੇਟ ਦਿਖਾਉਂਦੇ ਵੀ ਅਸੀਂ ਜੋਤਿਸ਼ੀ ਕਰਕੇ ਆਏ ਹਾਂ। ਸਭ ਤੋਂ ਪਹਿਲੇ ਨੰਬਰ ਤੇ ਮੈਂ ਕਹਿੰਦਾ ਨਾ ਕੋਈ ਵੀ ਜੋਤਿਸ਼ੀ ਹੈ ਉਹਨੂੰ ਆਪਦੇ ਏਰੀਏ ਦੇ ਵਿੱਚ ਪੁੱਛੋ ਵੀ ਇਹਨੇ ਕਿੰਨੇ ਬੰਦਿਆਂ ਦਾ ਭਲਾ ਕੀਤਾ ਹੈ, ਬਿਲਕੁਲ ਇਹਨੂੰ ਕੁਛ ਆਉਂਦਾ ਕਿ ਨਹੀਂ ਆਉਂਦਾ, ਬਿਲਕੁਲ ਗੱਲਾਂ ਨਾਲ ਤਾਂ ਹਰੇਕ ਬੰਦਾ ਪੁੱਲ ਬੰਨ ਦੂਗਾ, ਬਿਲਕੁਲ। ਬਹੁਤ ਮਨ ਪਰੇਸ਼ਾਨ ਹੋਇਆ ਔਰ ਮੇਰੇ ਨਾਲ ਜਿਹੜੇ ਬੰਦੇ ਗਏ ਸੀ ਲੈ ਕੇ ਮੈਂ ਕਿਹਾ ਯਾਰ ਆਪਾਂ ਜਾਣਾ ਨੀ ਚਾਹੀਦਾ ਸੀ, ਤੇ ਹੁਣ ਜਿਹੜੇ ਵਿਦਵਾਨ ਬੰਦੇ ਦੀਆਂ ਵਟਸਐਪ ਤੇ ਫੇਸਬੁੱਕ ਤੇ ਫੋਟੋਆਂ ਪਾਉਗੇ ਉਹਨਾਂ ਦੇ ਕਲਾਇੰਟ ਖਰਾਬ ਹੋਊਗੇ, ਬਿਲਕੁਲ। ਦੂਜੇ ਨੰਬਰ ਤੇ ਜਿਹੜਾ ਬੰਦਾ ਕਰਮ ਕਾਂਡ ਕਰਦਾ ਜਾਂ ਕੋਈ ਕੰਮ ਵਧੀਆ ਕਰਦਾ ਉਹ ਦਾਰੂ ਮੀਟ ਖਾਊਗਾ ਉਹਦੇ ਕੰਮ ਚ ਹਮੇਸ਼ਾ ਅਸਰ ਖਤਮ ਹੋਊਗਾ ਹੀ ਹੋਊਗਾ, ਬਿਲਕੁਲ ਜੀ। ਪਬਲਿਕ ਨੂੰ ਦੇ ਸਕਦਾ ਪਰ ਪਰਮਾਤਮਾ ਨੂੰ ਥੋੜਾ ਧੋਖਾ ਦੇ ਸਕਦਾ ਜੀ। ਤੇ ਲੇਕਿਨ ਕੀ ਹੈ ਕਿ ਜਿਹੜੇ ਬੰਦੇ ਕੋਲ ਇੰਨਾ ਕੁਛ ਹੈਗਾ ਉਹ ਜਿਹੜੇ ਬੰਦੇ ਕਰਾਉਂਦੇ ਆ ਉਹਨਾਂ ਨੇ ਕਹਾ ਦੇ ਪੈਸੇ ਦਾ ਲਾਲਚ ਵੀ ਅਸੀਂ ਬੰਦੇ ਜ਼ਿਆਦਾ ਲੈ ਜਾਈਏ, ਪਰ ਉੱਥੇ ਜਾ ਕੇ ਕੋਈ ਸਮੇਲ ਨੀ ਕੋਈ ਕੁਛ ਨੀ, ਇੱਕ ਆਪਦੇ ਬੰਦੇ ਇਕੱਠੇ ਹੋਏ ਇੱਕ ਦੂਜੇ ਨੂੰ ਸ਼ੀਲਡਾਂ ਵੰਡ ਦਿੱਤੀਆਂ, ਇਹਦਾ ਕੀ ਹੈ, ਇਹ ਤਾਂ ਕਿਸੇ ਮਰਜ਼ੀ ਨੂੰ ਵੰਡ ਦੋ। ਇਸੇ ਕਰਕੇ ਮੈਂ ਹਰੇਕ ਬੰਦੇ ਨੂੰ ਸਮਝਾਉਂਦਾ ਤੁਸੀਂ ਜੋਤਸ਼ੀ ਕੋਲੇ ਜਾਓ ਪਹਿਲੇ ਉਹਦੀ ਗੱਲ ਸੁਣੋ ਉਹਦੇ ਪੱਲੇ ਕੀ ਹੈ, ਜੇ ਉਹਦੇ ਪੱਲੇ ਕੁਛ ਹੈ ਉਹਦੇ ਕੋਲ ਜਾਓ। ਮੁੜ ਕੇ ਮੈਂ ਤਾਂ ਕੰਨਾਂ ਨੂੰ ਹੱਥ ਲਾ ਲਿਆ ਮੈਂ ਸੰਮੇਲਨ ਜੀ ਹਾਂ, ਜੇ ਕਿਸੇ ਨੇ ਸੰਮੇਲਨ ਕਿਸੇ ਦੇਖਣਾ ਤੇ ਜਦੋਂ ਸੰਮੇਲਨ ਖਤਮ ਹੁੰਦਾ ਉਸ ਤੋਂ ਬਾਅਦ ਰੋਕ ਕੇ ਦੇਖੋ ਵੀ ਮੀਟ ਦਾਰੂ ਕਿੱਦਾਂ ਚੱਲਦਾ, ਕੀ ਫਾਇਦਾ ਇਹੋ ਜਿਹੇ ਬੰਦਿਆਂ ਕੋਲੇ ਜਾਣ ਦਾ, ਇਹੋ ਜਿਹੇ ਸੰਮੇਲਨ ਜਾਣ ਦਾ ਫਾਇਦਾ ਨੀ ਗਾ, ਨਾਲੇ ਪੰਡਿਤ ਜੀ ਤੁਹਾਡੇ ਕੋਲ ਤਾਂ ਇੱਥੇ ਟਾਈਮ ਨੀ ਗਾ, ਨਾਲੇ ਟਾਈਮ ਕੱਢ ਕੇ ਗਏ ਜੀ। ਫਿਰ ਬਾਬੂ ਜੀ ਮਨ ਪਰੇਸ਼ਾਨ ਕੀਤਾ ਪੈਸੇ ਖਰਾਬ ਕੀਤੇ ਕੀ ਫਾਇਦਾ, ਮੈਂ ਦੁਨੀਆ ਘੁੰਮ ਲਿਆ ਮੈਨੂੰ ਕੋਈ ਘੁੰਮਣ ਦਾ ਸ਼ੌਂਕ ਥੋੜਾ ਹੈਗਾ, ਬਿਲਕੁਲ ਜੀ। ਪਰ ਇਹ ਗੱਲਾਂ ਅਸੀਂ ਲੋਕਾਂ ਨੂੰ ਦੱਸ ਕੇ ਜਾਂਦੇ ਹਾਂ ਜਿਸ ਇਨਸਾਨ ਨੇ ਕੋਈ ਜਿਸ ਦਾ ਜੇ ਕਿਸੇ ਨੇ ਕੰਮ ਮਾੜਾ ਕਰਨਾ ਮਾੜਾ ਕੰਮ ਕਰੇ ਚੰਗਾ ਕੰਮ ਛੱਡ ਦੇਵੇ, ਹੁਣ ਤੁਹਾਨੂੰ ਮੈਂ ਮੂੰਹ ਤੇ ਬੋਲਿਆ ਉਧਰ ਵੀ ਭਾਜੀ ਆਹ ਕੰਮ ਹੈ ਤੁਸੀਂ ਉਸ ਤਰ੍ਹਾਂ ਮੇਰੇ ਤੇ ਦੋ ਤਿੰਨ ਬੰਦੇ ਲੈ ਕੇ ਆਏ ਆਹੀ, ਬਿਲਕੁਲ ਜੀ। ਤੇ ਲੇਕਿਨ ਮੈਨੂੰ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੇਰਾ ਕੰਮ ਹੈ ਗਲਤ ਕੀਤਾ, ਬਿਲਕੁਲ ਦੋ ਤਿੰਨ ਬੰਦੇ ਬਾਅਦ ਚ ਵੀ ਆ ਗਏ ਤੁਹਾਡੇ ਕੋਲ, ਪਰ ਕੋਈ ਬੰਦਾ ਮੈਨੂੰ ਉਲਾਂਭਾ ਨਹੀਂ ਦਊਗਾ, ਨਹੀਂ ਦਊਗਾ ਜੀ, ਸ਼ੋਰ ਆ ਜੀ ਇਸ ਚੀਜ਼ ਦੀ। ਬਸ ਹੁਣ ਤੁਹਾਡੇ ਮੂਹਰੇ ਹੱਥ ਜੋੜ ਕੇ ਬੇਨਤੀ ਹੈ, ਠੀਕ ਹੈ ਜੀ, ਆਪਾਂ ਚੰਗਾ ਸੋਚਣਾ ਮਾੜਾ ਨਹੀਂ ਸੋਚਣਾ, ਠੀਕ ਹੈ ਜੀ। ਤੇ ਦੇਖੋ ਜੇ ਤੁਸੀਂ ਚੰਗਾ ਕਰੋਗੇ ਤੁਹਾਡੇ ਬੱਚੇ ਵਾਸਤੇ ਬੜਾ ਚੰਗਾ ਹੋਊਗਾ, ਜਿਵੇਂ ਤੁਸੀਂ ਕਹੋਗੇ ਉਵੇਂ ਚੱਲੂਗਾ, ਤਰੀਕ ਇੱਕ ਤਾਂ ਦਸ ਆ ਜੀ, ਬਾਕੀ ਪੁੱਠੀ ਸੋਚ ਨਹੀਂ ਸੋਚਦਾ, ਜਿਵੇਂ ਤੁਸੀਂ ਕਹੋਗੇ ਉਵੇਂ ਚੱਲੂਗਾ। ਤੁਹਾਨੂੰ ਇੱਥੋਂ ਮੈਂ ਬਰੀ ਕਰਾ ਦੇਣਾ, ਠੀਕ ਹੈ, ਅਪ੍ਰੈਲ ਤੋਂ ਬਾਅਦ ਤੁਹਾਡਾ ਕੰਮ ਸੈੱਟ ਕਰਾ ਦੂੰਗਾ, ਠੀਕ ਹੈ, ਕਿਉਂਕਿ ਜੂਨ ਤੋਂ ਬਾਅਦ ਆਪਣਾ ਸਮਾਂ ਠੀਕ ਸ਼ੁਰੂ ਹੋਣਾ ਸਾਰਿਆਂ ਦਾ, ਠੀਕ ਹੈ, ਜਦ ਤੱਕ ਆਪਾਂ ਨੂੰ ਲੇਲੜੀਆਂ ਕੱਢਣੀਆਂ ਪੈਣੀਆਂ, ਠੀਕ ਹੈ। ਸਵੇਰੇ ਕੀ ਕਰਕੇ ਤਾਂ 10 ਨੂੰ ਮੈਂ, ਤੁਸੀਂ ਸਵੇਰੇ ਮੈਨੂੰ ਫੋਨ ਕਰ ਲਿਓ, ਠੀਕ ਹੈ ਜੀ, ਜੈ ਸ਼੍ਰੀ ਰਾਮ। ਹੈਲੋ ਹੈਲੋ ਹੈਲੋ, ਹਾਂਜੀ ਡੇਟ ਔਫ ਟਾਈਮ ਦੱਸੋ, 6 ਅਕਤੂਬਰ 1990, 6 ਅਕਤੂਬਰ 1990, ਜਨਮ ਦਾ ਟਾਈਮ 7:35 ਸਵੇਰੇ, ਹਾਂਜੀ ਕੀ ਪੁੱਛਣਾ ਚਾਹੁੰਦੇ ਹੋ, ਖਾਲੀ ਦਾ ਤੈਨੂੰ ਨਹੀਂ ਖਾਣਾ, ਕੀ ਪੁੱਛਣਾ ਚਾਹੁੰਦੇ ਵੀਰ ਜੀ, ਬਣੀ ਮੇਰਾ ਕੰਮ ਸੈੱਟ ਨਹੀਂ ਆ ਰਿਹਾ ਜੀ ਕਿਸੇ ਪਾਸੇ ਵੀ, ਨਾ ਕੋਈ ਦੁਕਾਨ ਨਾ ਕੋਈ ਮੇਰੀ ਨੌਕਰੀ ਚੱਲ ਰਹੀ ਹੈ, 7-8 ਸਾਲ ਹੋ ਗਏ ਘੜ ਗਏ। ਕਿਹੜੀ ਜਗ੍ਹਾ ਰਹਿੰਦੇ ਹੋ, ਮੁੰਡੀ ਗੁੰਮੇੜ ਜੀ, ਕੰਮ ਕਰਦੇ ਕੀ ਹੋ, ਫਿਲਹਾਲ ਤਾਂ ਜੀ ਜਮਾ ਹੀ ਦਿੰਦਾ, ਕੋਈ ਵੈਸੇ ਨੌਕਰੀ ਕਰਦਾ ਸੀ ਪ੍ਰਾਈਵੇਟ ਪਹਿਲਾਂ। ਮੈਂ ਦੱਸਦਾ ਤੁਸੀਂ ਲੋਕਾਂ ਦੀਆਂ ਗੱਲਾਂ 'ਚ ਜਲਦੀ ਆ ਜਾਂਦੇ ਹੋ, ਹਮੇਸ਼ਾ ਹਰ ਹਫਤੇ ਕਿਸੇ ਗਰੀਬ ਨੂੰ ਰੋਟੀ ਖਵਾਉਣੀ, ਇੱਕ ਮਹੀਨਾ 4 ਵਾਰੀ, ਫਿਰ ਮਹੀਨੇ 'ਚ 1 ਵਾਰੀ ਕੁੱਤੇ ਦੀ ਸੇਵਾ ਕਰਨੀ, ਆਪਦੇ ਸ਼ਹਿਰ ਤੋਂ ਦੂਰ ਜਾ ਕੇ ਕੰਮ ਕਰਨਾ, ਇੱਕ ਵਾਰੀ ਪੁਸ਼ਕਰ ਇਸ਼ਨਾਨ ਕਰਕੇ ਨੇ, ਇੱਕ ਵਾਰੀ ਗਿਆ ਇਸ਼ਨਾਨ ਕਰਕੇ ਆਉਣੇ, ਗਿਆ ਵੀ ਜਾ ਕੇ ਆਉਣਾ। ਦੋ, ਦੂਜੇ ਨੰਬਰ ਤੇ ਕਾਂ ਨੂੰ ਰੋਟੀ ਪਾਣੀ, ਦਹੀਂ ਮਲ ਕੇ ਕਦੇ ਕਦੇ ਨਹਾਉਣਾ, ਝਾੜੂ ਤੀਲੇ ਵਾਲਾ ਆਪ ਲਗਾਉਣਾ, ਇਹ ਉਪਾਏ ਕਰਨੇ ਆ। ਜਿਸ ਬੰਦੇ ਦੇ ਵੀ ਹਾਲਾਤ ਜ਼ਿਆਦਾ ਖਰਾਬ ਹੋਣ, ਗੱਲ ਚੰਗੀ ਤਰ੍ਹਾਂ ਸਾਰੇ ਜਣੇ ਨੋਟ ਕਰ ਲਈਓ, ਜਿਸ ਬੰਦੇ ਦਾ ਘਰ ਦੇ ਵਿੱਚ ਪੈਰ ਨਾ ਟਿਕਦਾ ਹੋਵੇ ਉਹ ਬੰਦਾ ਜਾ ਕੇ ਤੀਲੇ ਵਾਲਾ ਝਾੜੂ ਦੇ ਨਾਲ ਆਪਦੇ ਘਰ ਦੇ ਬਾਹਰ ਝਾੜੂ ਲਗਾਉਣਾ, ਜ਼ਿਆਦਾ ਗੁਆਂਢੀਆਂ ਦਾ ਬਾਹਰ ਵੀ ਸਾਫ਼ ਕਰ ਦੋਗੇ ਹੋਰ ਫਾਇਦਾ ਹੋਊਗਾ, ਤੇ ਧਾਰਮਿਕ ਸਥਾਨ ਤੇ ਜਾ ਕੇ ਤੀਲੇ ਵਾਲਾ ਝਾੜੂ ਦਾ ਦਾਨ ਦੇਣਾ, ਉਸ ਬੰਦੇ ਦੇ ਆਟੋਮੈਟਿਕ ਜਿੰਨੇ ਟਾਈਮ ਸਮਾਂ ਖਰਾਬ ਚੱਲਦਾ ਪਿਆ ਓਨੀ ਜਲਦੀ ਠੀਕ ਹੋ ਜਾਊਗਾ, ਠੀਕ ਹੈ।
ਇਹ ਛੋਟੇ ਛੋਟੇ ਉਪਾਅ ਆ ਜੀ। ਜੈ ਸ਼੍ਰੀ ਰਾਮ। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਯੂਪੀ ਤੋਂ ਬੋਲ ਰਹੀ ਹਾਂ। ਡੇਟ ਔਰ ਟਾਈਮ ਦੱਸੋ। ਆਪਣੇ ਵੱਡੇ ਬੱਚੇ ਵਾਸਤੇ ਪੁੱਛਣਾ ਸੀਗਾ ਮੈਂ। ਡੇਟ ਔਰ ਟਾਈਮ ਦੱਸੋ। ਹਾਂ 7 ਫਰਵਰੀ 1984 ਸ਼ਾਮ 5 ਵਜੇ। 7 ਫਰਵਰੀ 1984 ਜਨਮ ਦਾ ਟਾਈਮ? ਸ਼ਾਮ ਨੂੰ 4-5 ਵਜੇ ਮੰਗਲਵਾਰ। ਕੀ ਪੁੱਛਣਾ ਚਾਹੁੰਦੇ ਹੋ? ਮੈਂ ਬੱਚੇ ਦਾ ਵਿਆਹ ਵਾਸਤੇ ਸੋਚ ਰਹੀ ਔਰ ਕੰਮ ਠੀਕ ਨਹੀਂ ਹੈਗਾ ਵੱਡੇ ਬੱਚੇ ਦਾ ਲੋਕਾਂ ਦੇ ਘਰ। ਬੱਚਾ ਕੰਮ ਕੀ ਕਰਦਾ ਜੀ? ਭੈਣ ਜੀ ਹਾਂਜੀ ਦਿੱਲੀ ਹੈ ਉਹ, ਵਿਆਹ ਵਾਸਤੇ ਹਾਂ ਨਹੀਂ ਕਰਦਾ ਪਿਆ। ਅੱਛਾ, ਵਿਆਹ ਵਾਸਤੇ ਹਾਂ ਨਹੀਂ ਕਰਦਾ ਪਿਆ। ਹਾਂਜੀ ਨਾਲ ਕੰਮ ਨਹੀਂ ਕੋਈ ਸਾਥ ਦਿੱਤੇ। ਦੇਖੋ ਜੀ ਕੁਛ ਨਹੀਂ ਕਰਨ ਦੀ ਜ਼ਰੂਰਤ ਹੈਗੀ, ਜੂਨ ਤੱਕ ਆਰਾਮ ਨਾਲ ਬੈਠ ਜਾਓ। ਹਾਂਜੀ ਮਈ ਜੂਨ ਤੋਂ ਬਾਅਦ ਇਹਦਾ ਵਿਆਹ ਹੋ ਜਾਊਗਾ। ਹਰੀ ਮੂੰਗੀ ਧਾਰਮਿਕ ਸਥਾਨ ਤੇ ਹਰ ਮਹੀਨੇ ਦਾਨ ਦੇਣੀ। 7 ਪੀਸ ਤਾਂਬੇ ਦੇ ਐ ਤੁਹਾਨੂੰ ਜ਼ਮੀਨ ਚ ਦਬਾਣੇ। 7 ਪੀਸ ਤਾਂਬੇ ਦੇ ਐ ਤੁਹਾਨੂੰ ਜ਼ਮੀਨ ਚ ਦਬਾਣੇ। ਬਗੈਰ ਜੋੜ ਤੋਂ ਚਾਂਦੀ ਦਾ ਕੜਾ ਪਾਣਾ ਤੇ ਮਈ ਤੱਕ ਕੁਛ ਨਾ ਦੇਖੋ, ਮਈ ਤੋਂ ਬਾਅਦ ਦੇਖ ਦਿਖਾਈਆ ਸ਼ੁਰੂ ਕਰ ਦੋ, ਉਸ ਤੋਂ ਬਾਅਦ ਵਿਆਹ ਹੋ ਜਾਊਗਾ। ਪਸੰਦ ਕੀਤੀ ਹੋਈ ਲੇਕਿਨ ਸਾਨੂੰ ਪਸੰਦ ਨਹੀਂ, ਉਸ ਕੁੜੀ ਦਾ ਵਿਆਹ ਹੋਇਆ ਹੋਇਆ। ਮੈਂ ਤੁਹਾਨੂੰ ਮੇਰੀ ਗੱਲ ਸੁਣੋ, ਮੈਨੂੰ ਸਾਰਾ ਕੁਛ ਪਤਾ, ਮੈਂ ਤੁਹਾਨੂੰ ਚੁੱਪ ਕਰਨ ਨੂੰ ਕਿਹਾ ਵੀ ਨਹੀਂ ਕਰਨਾ ਆਪਾਂ ਕੁਛ ਹਲੇ। ਹਾਂਜੀ ਇੱਕ ਗੱਲ ਮੇਰੀ ਸੁਣੋ, ਹਰ ਇੱਕ ਇਨਸਾਨ ਦਾ ਇੱਕ ਵਕਤ ਹੁੰਦਾ। ਹਾਂਜੀ ਕੋਈ ਵੀ ਮਾਂ ਬਾਪ ਆਪਦੇ ਬੱਚੇ ਤੋਂ ਮੇਰੀ ਗੱਲ ਸੁਣ ਲਓ, ਹਰੇਕ ਮਾਂ ਬਾਪ ਆਪਦੇ ਬੱਚੇ ਤੋਂ ਪਰੇਸ਼ਾਨ ਹੈ, ਲਵ ਮੈਰਿਜ ਹਰੇਕ ਬੱਚੇ ਦੀ ਕੋਸ਼ਿਸ਼ ਹੈ ਕਰ ਲਈਏ ਤੇ, ਲੇਕਿਨ ਮਾਂ ਬਾਪ ਬਹੁਤ ਜ਼ੋਰ ਲਾਉਂਦੇ ਪਰ ਮਾਂ ਬਾਪ ਐਂਡ ਤੇ ਮੰਨ ਜਾਂਦੇ ਵੀ ਚਲੋ ਕਰਾ ਦਿੰਦੇ ਆ। ਜਿਹੜਾ ਮਾਂ ਬਾਪ ਆਪਦੇ ਬੱਚੇ ਤੋਂ ਪਰੇਸ਼ਾਨ ਹੈ ਉਹਨੂੰ ਚਾਹੀਦਾ ਆਪਦੇ ਬੱਚੇ ਦੀ ਕੁੰਡਲੀ ਦਿਖਾਣੀ। ਇਸ ਬੱਚੇ ਦੇ ਜੂਨ ਦੇ ਵਿੱਚ ਹਾਲਾਤ ਠੀਕ ਹੋ ਜਾਊਗੇ, ਆਪਣੇ ਆਪ ਹੀ ਇਹਦਾ ਮਨ ਹੋਰ ਪਾਸੇ ਹੋ ਜਾਊਗਾ। ਔਰ ਜੇ ਮੈਂ ਕੁੰਡਲੀ ਦੇਖੀ ਮੈਨੂੰ ਇਹ ਵੀ ਪਤਾ ਇਹਦੀ ਆਸ਼ਕੀ ਚੱਲਦੀ ਹੈ, ਲੇਕਿਨ ਮੈਨੂੰ ਪਤਾ ਕਿ ਇਹਨੇ ਕਦੋਂ ਛੱਡਣੀ ਹੈ, ਜੇ ਟਾਈਮ ਆਇਆ ਵੀ ਆਪਾਂ ਨੂੰ ਕੀ ਲੋੜ ਹੈ ਹੋਰ ਕੁਛ ਕਰਨ ਦੀ, ਕਿਉਂਕਿ ਹਰ ਇੱਕ ਬੰਦੇ ਕੋਲ ਤਜਰਬਾ ਹੁੰਦਾ। ਮੈਂ ਇਹ ਚਾਹੁੰਦਾ ਕਿ ਜਿਹੜੇ ਮਾਂ ਬਾਪ ਆਪਦੇ ਬੱਚਿਆਂ ਤੋਂ ਪਰੇਸ਼ਾਨ ਹੈ ਉਹਨਾਂ ਨੂੰ ਜ਼ਰੂਰ ਪੁੱਛਣਾ ਚਾਹੀਦਾ। ਅਗਰ ਆਪਾਂ ਕਿਤੇ 100 ਬੰਦਿਆਂ ਦਾ ਟੇਵਾ ਦੇਖਾਂਗੇ ਤੇ ਜੇ ਉਹਨਾਂ 'ਚੋਂ 90 ਬੱਚਿਆਂ ਦੇ ਵਿਆਹ ਮਰਜ਼ੀ ਨਾਲ ਨਹੀਂ ਹੁੰਦੇ ਤਾਂ ਇਹਦੇ 'ਚ ਬਹੁਤ ਭਲੇ ਵਾਲੀ ਗੱਲ ਹੈ ਤੇ, ਲੇਕਿਨ ਸਾਡੇ ਰਿਜ਼ਲਟ ਜਿੰਨੇ ਸਾਡੇ ਕੋਲ ਬੰਦੇ ਆਉਂਦੇ ਹੈ ਨਾ, ਜੇ ਬੰਦੇ ਦਾ ਬਹੁਤ ਜ਼ਿਆਦਾ ਹੋਣਾ ਹੋਵੇ ਅਸੀਂ ਕਹਿੰਦੇ ਵੀ ਇਹ ਬੱਚੇ ਨੇ ਨਹੀਂ ਸੁਧਰਨਾ ਇਹਦਾ ਪਾਈ ਨਾ ਕਰੋ, ਪਰ ਤੁਹਾਨੂੰ ਪੁੱਛਣ 'ਚ ਤਾਂ ਕੋਈ ਇਤਰਾਜ਼ ਨਹੀਂ। ਪਰ ਮੈਂ ਇਹ ਚਾਹੁੰਦਾ ਕਿ ਹਰੇਕ ਮਾਂ ਬਾਪ ਆਪਦੇ ਬੱਚਿਆਂ ਤੋਂ ਪਰੇਸ਼ਾਨ ਹੈ, ਪਰ ਮੈਂ ਇਹ ਚਾਹੁੰਦਾ ਕਿ ਹਰੇਕ ਮਾਂ ਬਾਪ ਨੂੰ ਆਪਦੇ ਬੱਚਿਆਂ ਦੇ ਬਾਰੇ ਜਿਹੜੇ ਬੱਚੇ ਵਿਗੜਦੇ ਆ ਉਹਨਾਂ ਦਾ ਪੁੱਛਣਾ ਚਾਹੀਦਾ ਤਾਂ ਕਿ ਬੱਚੇ ਜਿਹੜੇ ਗਲਤੀ ਨਾ ਕਰਨ। ਆਪਾਂ ਜਿੰਨਾ ਮਰਜ਼ੀ ਬੱਚਿਆਂ ਨੂੰ ਰੋਕ ਲਈਏ ਉਹਨਾਂ ਦੇ ਕੋਲ ਕੋਈ ਨਾ ਕੋਈ ਸਾਧਨ ਫਿਰ ਬਣ ਜਾਂਦਾ, ਉਹਨਾਂ ਦੀ ਗੱਲ ਨਹੀਂ ਟੁੱਟਦੀ। ਔਰ ਮੈਂ ਇਹ ਚਾਹੁੰਦਾ ਕਿ ਜਿਹੜੇ ਮਾਂ ਬਾਪ ਪਰੇਸ਼ਾਨ ਹੈ ਕਿਉਂਕਿ ਜਿਹਨਾਂ ਮਾਂ ਬਾਪ ਦੇ ਕੋਲ ਟਾਈਮ ਘੱਟ ਹੈ ਔਰ ਉਹਨਾਂ ਵਾਸਤੇ ਜ਼ਿਆਦਾ ਨਸੀਬਤਾਂ ਆ, ਮੈਂ ਇਹ ਚਾਹੁੰਦਾ ਹਾਂ ਕਿ ਹਰ ਇੱਕ ਮਾਂ ਬਾਪ ਨੂੰ ਆਪਦੇ ਬੱਚੇ ਦੀ ਜਦੋਂ ਵਿਗੜਦਾ ਕੁੰਡਲੀ ਜ਼ਰੂਰ ਦਿਖਾਉਣੀ ਚਾਹੀਦੀ ਤਾਂ ਕਿ ਬੱਚਾ ਗਲਤ ਰਸਤੇ 'ਤੇ ਨਾ ਚੱਲੇ। ਅਗਰ ਗਲਤ ਰਸਤੇ 'ਚ ਆ ਰਹੇ ਹੋ ਵਾਪਸ ਕਿੱਦਾਂ ਆਊਗਾ, ਤੁਹਾਡੀ ਮਰਜ਼ੀ ਨਾਲ ਸ਼ਾਦੀ ਬੱਚਾ ਕਿੱਦਾਂ ਕਰੋ ਉਹਦੇ ਬੜੇ ਹੱਲ ਹੈ, ਅਸੀਂ ਰੋਜ਼ ਟੀਵੀ 'ਤੇ ਦੱਸ ਕੇ ਜਾਂਦੇ ਹਾਂ। ਔਰ ਜਿਸ ਮਾਂ ਬਾਪ ਦਾ ਬੱਚਾ ਜ਼ਿਆਦਾ ਪਰੇਸ਼ਾਨ ਕਰਦਾ ਕੁਛ ਕਰਦਾ, ਮਾਂ ਬਾਪ ਹਮੇਸ਼ਾ ਬੱਚੇ ਦਾ ਨੁਕਸਾਨ ਕਦੇ ਨਹੀਂ ਸੋਚਦਾ, ਪਰ ਬੱਚੇ ਨੂੰ ਇਹ ਚਾਹੀਦਾ ਕਿ ਜੇ ਸਾਡੇ ਮਾਂ ਬਾਪ ਨੇ ਸਾਨੂੰ ਇੰਨਾ ਕੁਛ ਕੀਤਾ ਅਤੇ ਅਸੀਂ ਔਰ ਮਾਂ ਬਾਪ ਮਾੜਾ ਨਹੀਂ ਕਰਦਾ, ਔਰ ਮਾਂ ਬਾਪ ਨੂੰ ਇਹ ਚਾਹੀਦਾ ਕਿ ਜਦੋਂ ਬੱਚਾ ਵਿਗੜਨ ਲੱਗੇ ਉਦੋਂ ਮਾਂ ਬਾਪ ਨੂੰ ਲਿਹਾਜ਼ ਨਹੀਂ ਕਰਨੀ ਚਾਹੀਦੀ, ਸ਼ਰਮ ਨਹੀਂ ਕਰਨੀ ਚਾਹੀਦੀ, ਕਿਸੇ ਨਾ ਕਿਸੇ ਨੂੰ ਜ਼ਰੂਰ ਪੁੱਛਣਾ ਚਾਹੀਦਾ ਕਿ ਸਾਡਾ ਬੱਚਾ ਸੁਧਰੂਗਾ ਕਿੱਦਾਂ। ਜੈ ਸ਼੍ਰੀ ਰਾਮ। ਹੈਲੋ ਹੈਲੋ ਹਾਂਜੀ ਨਮਸਕਾਰ ਬੰਦੇ ਜੀ। ਨਮਸਕਾਰ ਜੀ ਬੰਦੇ ਜੀ, ਮੈਂ ਨਾ ਆਪਣੇ ਬੇਟੇ ਬਾਰੇ ਪੁੱਛਣਾ ਵਾ ਜੀ। ਡੇਟ ਔਰ ਟਾਈਮ ਦੱਸੋ। 11 ਅਗਸਤ 1998 ਜਨਮ ਦਾ ਟਾਈਮ 9:30 ਵਜੇ। ਹਾਂਜੀ ਕੀ ਪੁੱਛਣਾ ਚਾਹੁੰਦੇ ਹੋ? ਬੰਦੇ ਜੀ ਮੇਰਾ ਬੇਟਾ ਬੀਕੌਮ ਫਸਟ ਵਿੱਚ ਪੜ੍ਹਦਾ ਵਾ ਜੀ। ਹਾਂਜੀ ਉਹਦੇ ਬਾਰੇ ਪੁੱਛਣਾ ਵੀ ਕੀ ਕਰੂ, ਉਹ ਬਾਹਰ ਜਾਣ ਨੂੰ ਬਹੁਤ ਕਾਹਲਾ ਵਾ। ਇੱਕ ਗੱਲ ਸੁਣੋ, ਮੈਂ ਸਾਰੇ ਰੋਕਦਾ ਹੁੰਦਾ ਸੀ ਬਾਹਰ ਨਾ ਜਾਓ। ਅੱਛਾ ਜੀ, ਹੁਣ ਸਾਰਿਆਂ ਤੋਂ ਪਹਿਲੇ ਮੈਂ ਕਾਹਲਾ ਹੋਇਆ ਪਿਆ। ਹਾਂਜੀ ਵੀ ਮੈਂ ਨਿਕਲ ਜਾ। ਅੱਛਾ ਜੀ, ਕਿਉਂਕਿ ਮੇਨ ਪਤਾ ਕੀ ਹੁੰਦਾ ਜੀ,
ਤੁਹਾਡੇ ਬੱਚੇ ਤੇ ਤੁਸੀਂ ਸਭ ਤੋਂ ਪਹਿਲੇ ਨੰਬਰ ਤੇ ਇੱਕ ਵਾਰੀ ਮੈਨੂੰ ਆਣ ਕੇ ਮਿਲਣਾ ਹੈ। ਅੱਛਾ ਜੀ। ਜਿਹੜਾ ਬੱਚਾ ਦਿਲ ਦਾ ਖੋਟਾ ਹੋਊਗਾ, ਹਾਂਜੀ, ਦਿਲ ਦਾ ਭੇਤ ਨਹੀਂ ਦਊਗਾ, ਹਾਂਜੀ, ਉਹਦੇ ਵਾਸਤੇ ਮਾਂ ਪਿਓ ਨੂੰ ਵੀ ਨੁਕਸਾਨ, ਹਾਂਜੀ, ਤੇ ਜਿੱਥੇ ਜਾ ਕੇ ਬੈਠੂਗਾ ਉਹਨੂੰ ਵੀ ਨੁਕਸਾਨ। ਅੱਛਾ, ਮੇਰੀ ਗੱਲ ਸਹੀ ਹੈ ਕਿ ਗਲਤ ਹੈ? ਨਹੀਂ, ਤੁਹਾਡਾ ਬੱਚਾ ਭੋਲਾ ਹੁੰਦਾ, ਮੈਂ ਤੁਹਾਨੂੰ ਕਹਿ ਦੇਣਾ ਸੀਗਾ। ਹਾਂਜੀ, ਮੇਰੀ ਇੱਕ ਗੱਲ ਸੁਣੋ, ਜੇ ਤੁਹਾਡੇ ਬੱਚੇ ਦਾ ਤੁਹਾਨੂੰ ਭੇਤ ਹੈਗਾ ਨਾ ਕੋਈ, ਹਾਂਜੀ, ਫਿਰ ਮੇਰੇ ਨਾਲ ਗੱਲ ਕਰੋ, ਤੁਹਾਨੂੰ ਤੁਹਾਡੇ ਬੱਚੇ ਦਾ ਭੇਤ ਨਹੀਂ ਹੈਗਾ, ਹਾਂਜੀ, ਤਾਂ ਹੀ ਮੈਂ ਤੁਹਾਨੂੰ ਕਿਹਾ ਵੀ ਮੈਨੂੰ ਮੇਰੇ ਕੋਲ ਇਹਨੂੰ ਲੈ ਕੇ ਆਣਾ। ਅੱਛਾ ਜੀ। ਦੂਜੇ ਨੰਬਰ ਤੇ, ਹਾਂਜੀ, ਇਹਦੀ ਕੋਈ ਖੁਸ਼ੀ ਨਹੀਂ ਮਨਾਣੀ। ਅੱਛਾ। ਤੀਜੇ ਨੰਬਰ ਤੇ ਇਹਨੂੰ ਆਪਦੇ ਕੋਲੇ ਨਹੀਂ ਰੱਖਣਾ, ਹਾਂਜੀ, ਲੇਕਿਨ ਅਸੀਂ ਇਸ ਬੱਚੇ ਨੂੰ ਚੰਗੀ ਜਗ੍ਹਾ ਤੇ ਤਾਂ ਲੈ ਕੇ ਜਾਵਾਂਗੇ ਜਿਹਦੀਆਂ ਆਦਤਾਂ ਚੰਗੀਆਂ ਹੋਊਗੀਆਂ, ਕਿਉਂਕਿ ਇਹਦੇ ਮਨ ਦੇ ਵਿੱਚ ਜਿਹੜੀ ਗੱਲ ਉਹ ਕਿਸੇ ਨੀ ਦੱਸਦਾ, ਤੇ ਬਾਹਰ ਜਾਣ ਦਾ ਜਿਹੜਾ ਯੋਗ ਹੈ ਜਨਵਰੀ ਤੋਂ ਬਣ ਸਕਦਾ ਹੈ, ਜਨਵਰੀ ਤੋਂ ਬਾਅਦ ਇਹਦਾ ਯੋਗ ਬਣ ਸਕਦਾ ਹੈ, ਤੇ ਫਿਰ ਇਹਦਾ ਯੋਗ ਬਣੂਗਾ 2019 ਚ ਜਾ ਕੇ। ਇੱਕ ਸਾਲ ਦਾ ਹੁਣ ਆਪਣੇ ਕੋਲੇ ਹੈ, ਫਿਰ ਉਸ ਤੋਂ ਬਾਅਦ ਗੈਬ ਹੈ, ਲੇਕਿਨ ਇੱਕ ਵਾਰੀ ਆਣ ਕੇ ਮਿਲੋ। ਜਦੋਂ ਇਹ ਬੱਚਾ ਪੈਦਾ ਹੋਇਆ ਸੀ ਤੁਹਾਡੇ ਹਾਲਾਤ ਜ਼ਿਆਦਾ ਅੱਛੇ ਨਹੀਂ ਸੀਗੇ, ਧਾਰਮਿਕ ਸਥਾਨ ਤੇ ਜਾ ਕੇ ਸੇਵਾ ਕਰਨੀ, ਕੁਛ ਨਾ ਕੁਛ ਚੀਜ਼ ਲੈ ਕੇ ਜਾਣੀ ਲੰਗਰ ਚ ਪਾਉਣ ਵਾਸਤੇ, ਦਾਲ ਲੈ ਜੇ, ਆਟਾ ਲੈ ਜੇ, ਕੁਛ ਲੈ ਜੇ, ਵਾਈਟ ਦੁੱਧ ਨਹੀਂ ਪੀਣਾ, ਘਰ ਦੇ ਬਨੇਰੇ ਥੜੀਆਂ ਠੀਕ ਕਰਨੀਆਂ, ਗਾਂ ਦੇ ਦੁੱਧ ਦਾ ਛਿੱਟਾ ਦੇਣਾ ਕਦੇ ਕਦੇ, ਤੇ ਕੁੱਤਾ ਘਰ ਦੇ ਵਿੱਚ ਨਹੀਂ ਰੱਖਣਾ, ਤੇ ਬਾਹਰਲੇ ਕੁੱਤੇ ਦੀ ਸੇਵਾ ਕਰਨੀ। ਇਹ ਉਪਾਏ ਕਰਨੇ ਤੇ ਬੱਚੇ ਦੀ ਤਿਆਰੀ ਹੋ ਜਾਊਗੀ, ਇੱਕ ਵਾਰੀ ਲੈ ਕੇ ਜ਼ਰੂਰ ਆਈਓ ਜਦੋਂ ਟਾਈਮ ਲੱਗੇ ਜੈ ਸ਼੍ਰੀ ਦਾ। ਹੈਲੋ ਜੀ, 23 ਮਾਰਚ 1988, ਜਨਮ ਦਾ ਟਾਈਮ, ਜਨਮ ਦਾ ਟਾਈਮ 9:45 ਸਵੇਰੇ ਬੁੱਧਵਾਰ, 9:45 ਹਾਂਜੀ, ਕੀ ਪੁੱਛਣਾ ਚਾਹੁੰਦੇ ਹੋ? ਇਹ ਜੀ ਬ੍ਰਦਰ ਆ ਮੇਰਾ ਜੀ, ਬਾਹਰ ਗਿਆ ਮਲੇਸ਼ੀਆ, ਠੀਕ ਆ ਜੀ, ਇਹਦਾ ਦੁਬਈ ਦਾ ਟਰਾਲੇ ਦਾ ਲਾਇਸੈਂਸ ਬਣਾਉਣਾ ਜੀ, ਕਿੱਦਾਂ ਉੱਥੇ ਸੈੱਟ ਰਹੂਗਾ, ਦੁਬਈ ਬਣਾ ਦਈਏ। ਦੇਖੋ ਵੀਰ ਜੀ, ਇੱਕ ਗੱਲ ਸੁਣੋ, ਹਾਂਜੀ, ਹਰੇਕ ਬੰਦਾ ਕਹਿੰਦਾ ਕਿ ਮੈਂ ਟਰਾਲੇ ਲਾਇਸੈਂਸ ਬਣਾ ਕੇ ਚੰਗੇ ਪੈਸੇ ਕਮਾ ਲਾਂ, ਹਾਂਜੀ, ਪਹਿਲੀ ਗੱਲ ਤਾਂ ਇਹ ਹੈ ਕਿ ਦੁਬਈ ਦੇ ਵਿੱਚ ਇੰਨਾ ਕੰਮ ਹੈ ਨਹੀਂ, ਠੀਕ ਹੈ ਜੀ, ਤੇ ਦੂਜੇ ਨੰਬਰ ਤੇ ਲਾਇਸੈਂਸ ਬਣਾਉਣ ਲੱਗੇ ਘੱਟੋ ਘੱਟ ਜਦੋਂ ਬੱਚਾ ਜਾਊਗਾ 8 ਤੋਂ 10 ਮਹੀਨੇ, ਸਾਲ ਵੀ ਲੱਗ ਸਕਦਾ ਹੈ, ਹਾਂਜੀ ਹਾਂਜੀ, ਤੇ ਜੇ ਕੋਈ ਕਹਦਾ ਕਿ ਮੈਂ 2 ਮਹੀਨਿਆਂ 'ਚ ਲਾਇਸੈਂਸ ਬਣਾ ਕੇ ਦੇ ਦੂੰਗਾ, ਹਾਂਜੀ ਹਾਂਜੀ, ਇਹ ਨਹੀਂ ਹੋਣਾ, ਠੀਕ ਹੈ ਜੀ। ਇਸ ਕਰਕੇ ਵੀਰ ਜੀ ਮੈਂ ਤਾਂ ਇਹ ਚਾਹੁੰਦਾ ਹਾਂ ਕਿ ਇਹ ਤੁਹਾਡਾ ਬੱਚਾ ਜਿਹੜਾ ਹੈ, ਇੱਕ ਤਾਂ ਬੰਦਾ ਹੁੰਦਾ ਕਿ ਬਹੁਤ ਇਮਾਨਦਾਰ, ਹਾਂਜੀ, ਇੱਕ ਬੰਦਾ ਹੁੰਦਾ ਲੋਕਾਂ ਦਾ ਫਾਇਦਾ ਕਰਨਾ, ਹਾਂਜੀ, ਇਹ ਬੰਦਾ ਆਪਦੇ ਘਰਦਿਆਂ ਵਾਸਤੇ ਬੜਾ ਇਮਾਨਦਾਰ ਹੈ, ਲੋਕਾਂ ਵਾਸਤੇ ਇਮਾਨਦਾਰ ਹੈ, ਹਾਂਜੀ, ਮਿਹਨਤੀ ਜ਼ਿਆਦਾ ਹੈ, ਹਾਂਜੀ, ਦੂਜਿਆਂ ਦੀਆਂ ਗੱਲਾਂ 'ਚ ਜਲਦੀ ਆ ਜਾਂਦਾ, ਹਾਂਜੀ ਹਾਂਜੀ, ਇਸ ਬੱਚੇ ਨੂੰ ਜੇ ਤੁਸੀਂ ਭੇਜਣਾ ਤੇ ਚੰਗੀ ਕੰਟਰੀ 'ਚ ਭੇਜੋ, ਠੀਕ ਹੈ ਜੀ। ਦੂਜੇ ਨੰਬਰ ਤੇ ਇਹ ਹੈ ਕਿ ਮਹਿਰੂਨ ਰੰਗ ਦਾ ਕੱਪੜਾ ਨਾ ਪਾਵੇ, ਸਿਰ ਢੱਕ ਕੇ ਰੱਖੇ, ਠੀਕ ਹੈ ਜੀ, ਸੌਂਫ ਕਦੇ ਕਦੇ ਖਾਣੀ, ਠੀਕ ਹੈ ਜੀ, ਸੋਨੇ ਦੀ ਚੈਨ ਜਾਂ ਪੀਲਾ ਧਾਗਾ ਗਲੇ 'ਚ ਪਾ ਕੇ ਰੱਖਣਾ, ਠੀਕ ਹੈ ਜੀ, ਤੇ ਮੈਂ ਇਹ ਚਾਹੁੰਦਾ ਕਿ ਜੇ ਬੱਚੇ, ਦੇਖੋ ਇਹਨਾਂ ਕੰਟਰੀਆਂ ਦੇ ਵਿੱਚ ਅੱਜ ਦੀ ਡੇਟ 'ਚ ਕੋਈ ਫਾਇਦਾ ਨਹੀਂ ਹੋ, ਬਿਲਕੁਲ ਜੀ, ਮੈਨੂੰ ਪਿਛਲੇ ਤਕਰੀਬਨ 25 ਸਾਲਾਂ ਤੋਂ ਪਹਿਲੇ ਦੀਆਂ ਮੈਂ ਗੱਲਾਂ ਕਰ ਰਿਹਾ ਹਾਂ, ਅੱਜ ਤੋਂ 25 ਸਾਲ ਪਹਿਲੇ ਮੈਂ 3 ਸਾਲ ਰਹਿ ਕੇ ਆਇਆ, ਜੋ ਰੇਟ ਲੇਬਰ ਦਾ ਉਦੋਂ ਚੱਲਦਾ ਸੀ ਅੱਜ ਵੀ ਉਹੀ ਰੇਟ ਚੱਲੀ ਜਾਂਦਾ, ਮਹਿੰਗਾਈ ਕਿੰਨੀ ਵੱਧ ਗਈ, ਇਸ ਕਰਕੇ ਇਹਨਾਂ ਕੰਟਰੀਆਂ 'ਚ, ਅਰਬ ਕੰਟਰੀਆਂ 'ਚ ਬੰਦੇ ਦੀ ਕੋਈ ਵੈਲਿਊ ਨਹੀਂ, ਠੀਕ ਹੈ ਜੀ, ਚੰਗੀ ਕੰਟਰੀ ਜਾ ਕੇ ਬੰਦੇ ਦੀ ਵੈਲਿਊ ਪੈਂਦੀ ਹੈ। ਸਰ ਜੀ ਇਹਦਾ ਲਾਇਆ ਸੀਗਾ ਅੱਜ ਤੋਂ 3 ਸਾਲ ਪਹਿਲਾਂ ਲਾਇਆ ਸੀ, ਇਟਲੀ ਦੇ ਅਪਲਾਈ ਕੀਤਾ ਸੀਗਾ ਯੂਰਪ ਵਾਸਤੇ ਜੀ, ਉਹ ਤਾਂ ਬਣਿਆ ਨਹੀਂ ਹੈਗਾ ਨਾ, ਫਿਰ ਇਹ ਮਲੇਸ਼ੀਆ ਗਿਆ ਜੀ। ਵੀਰ ਜੀ ਪਤਾ ਕੀ ਗੱਲ ਹੈ, ਮਲੇਸ਼ੀਆ ਦੇ ਵਿੱਚ ਜਿਹੜਾ ਤੁਹਾਨੂੰ ਹੀ ਉਹਨੇ ਦੱਸਿਆ ਹੋਣਾ ਤੇ ਹਾਲਾਤ ਕਿੱਦਾਂ ਦੇ ਹੈ, ਬਿਲਕੁਲ ਜੀ ਬਿਲਕੁਲ, ਉੱਥੇ ਪੁਲਿਸ ਨੂੰ ਪੈਸੇ ਦੇ ਕੇ ਜਿਹੜਾ ਮਰਜ਼ੀ ਕੰਮ ਕਰਾ ਲਓ, ਬਿਲਕੁਲ, ਆਪਣੇ ਇੰਡੀਆ ਵਾਲਾ ਹੀ ਕੰਮ ਹੈ, ਹਾਂਜੀ ਹਾਂਜੀ, ਇੰਡੀਆ ਤਰ੍ਹਾਂ ਹੀ ਵੋਟ ਲੱਗੇ, ਇੰਡੀਆ ਤਰ੍ਹਾਂ ਹੀ ਗੰਦ ਹੈ, ਹਾਂਜੀ, ਮੈਂ ਗਲਤ ਨਹੀਂ ਗੱਲ ਕਰਦਾ, ਹਾਂਜੀ ਹਾਂਜੀ, ਤੇ ਇਸ ਕਰਕੇ ਆਪਾਂ ਜਦੋਂ ਟਾਈਮ ਹੈ ਨਹੀਂ ਸੀ ਤੁਸੀਂ, ਮੈਂ ਪਹਿਲਾਂ ਟਾਈਮ ਨਹੀਂ ਤੁਹਾਡਾ ਕਹਿਣਾ, ਹਾਂਜੀ ਹਾਂਜੀ, ਹੁਣ ਲੋਕ ਇਟਲੀ ਦੇ ਰਸਤੇ 8-8-10 ਲੱਖ ਰੁਪਏ ਖਰਚ ਕਰਦੇ ਆ, ਹਾਂਜੀ, ਜੇ ਸਹੀ ਢੰਗ ਨਾਲ ਆਪਾਂ ਕੰਮ ਕਰੀਏ ਤਾਂ, ਪਰ ਜਿਹੜੇ ਮੁਲਕ 'ਚ ਆਪਾਂ ਚਲੇ ਜਾਂਗੇ ਕੰਮ ਉੱਥੇ ਵੀ ਹੈ, ਹਾਂਜੀ, ਕਿਉਂਕਿ ਜਦ ਤੱਕ ਚਾਈਨਾ ਤੋਂ ਮਾਲ ਆਣੇ ਕੰਟਰੀਆਂ 'ਚ ਬੰਦ ਨਹੀਂ ਨਾ ਹੁੰਦੇ, ਬਿਲਕੁਲ, ਉੱਥੇ ਦੇ ਲੋਕ ਕਿਸੇ ਕੰਟਰੀ ਦੇ ਸੌਖੇ ਨਹੀਂ ਹੁੰਦੇ, ਠੀਕ ਹੈ ਜੀ, ਹੁਣ ਇੰਡੀਆ ਦੇ ਵਿੱਚ, ਹਾਂਜੀ ਹਾਂਜੀ, ਇੱਕ ਫਾਇਦਾ ਜ਼ਰੂਰ ਹੋਇਆ,
ਜਿਹੜੇ ਨੋਟਬੰਦੀ ਹੋਈ ਹੈ ਇਹਦੇ ਨਾਲ ਸਾਡੇ ਘਰਾਂ ਦਾ 50% ਖਰਚਾ ਘਟ ਗਿਆ। ਦੂਜੇ ਨੰਬਰ ਤੇ ਬਾਹਰੋਂ ਚੀਜ਼ਾਂ ਆਣੀਆਂ ਘਟ ਗਈਆਂ ਕਿਉਂਕਿ ਪੈਸੇ ਵਾਲੀ ਚੀਜ਼ਾਂ ਆਉਗੀਆਂ ਕਿੱਥੋਂ। ਹਾਂਜੀ ਸਰ ਬਿਲਕੁਲ ਸਹੀ ਗੱਲ। ਤੇ ਹੁਣ ਇਹ ਕੰਮ ਆਪਾਂ ਨੂੰ ਤਾਂ ਮਿਲੂਗਾ ਨਾ। ਹਾਂਜੀ ਹਾਂਜੀ ਹਾਂਜੀ। ਲੇਕਿਨ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਜਦੋਂ ਕਿਸੇ ਮੁਲਕ 'ਚ ਆਪਾਂ ਜਾਂਦੇ ਹਾਂ ਕੰਮ ਕਿਤੇ ਵੀ ਹੈ ਨਹੀਂ, ਇਹਨੂੰ ਆਪਾਂ ਦੁਬਈ ਨਹੀਂ ਭੇਜਣਾ, ਇੱਕ ਵਾਰੀ ਆ ਕੇ ਮਿਲਣਾ। ਇੱਕ ਇਹਨੂੰ ਕਹਿਣਾ ਹੈਗਾ ਚਾਵਲ ਜਿੱਥੇ ਵੀ ਬੈਠਾ ਉੱਥੇ ਧਾਰਮਿਕ ਸਥਾਨ ਤੇ ਦਾਨ ਦੇਣੇ, ਸੋਮਵਾਰ ਵਾਲੇ ਦਿਨ ਲਾਲ ਰੁਮਾਲ ਸੂਤੀ ਆਪਦੇ ਕੋਲੇ ਰੱਖਣਾ, ਸਿਰ ਢੱਕ ਕੇ ਰੱਖਣਾ, ਵਾਈਟ ਦੁੱਧ ਨਹੀਂ ਪੀਣਾ, ਪੀਲਾ ਧਾਗਾ ਜਾਂ ਸੋਨੇ ਦੀ ਚੈਨ ਗਲੇ 'ਚ ਪਾ ਕੇ ਰੱਖਣੀ। ਜੈ ਸ਼੍ਰੀ ਰਾਮ। ਇਸੇ ਤਰ੍ਹਾਂ ਮੈਂ ਦੱਸਣਾ ਚਾਹੁੰਦਾ ਜਿੰਨੇ ਭੈਣ ਭਰਾ ਸਾਡਾ ਪ੍ਰੋਗਰਾਮ ਦੇਖ ਰਹੇ, ਪਿਛਲੇ ਕਈ ਦਿਨਾਂ ਤੋਂ ਸਾਡਾ ਪ੍ਰੋਗਰਾਮ ਦੀਆਂ ਛੁੱਟੀਆਂ ਚੱਲ ਰਹੀਆਂ ਸੀ, ਉਹ ਜਦੋਂ ਸਾਡੇ ਪ੍ਰੋਗਰਾਮ ਛੁੱਟੀਆਂ ਹੁੰਦੀਆਂ ਸਾਡਾ ਵੀ ਮਨ ਨਹੀਂ ਲੱਗਦਾ, ਸਾਨੂੰ ਵੀ ਇਹ ਪ੍ਰੋਗਰਾਮ ਦਾ ਬਹੁਤ ਜ਼ਿਆਦਾ ਨਸ਼ਾ ਹੁੰਦਾ ਹੈ ਵੀ ਪ੍ਰੋਗਰਾਮ ਅਸੀਂ ਲਾਈਵ ਕਰੀਏ। ਉਹ ਜਿਨ੍ਹਾਂ ਨੇ ਸਾਨੂੰ ਮਿਲਣਾ ਹੁੰਦਾ, ਮਿਲਣ ਦਾ ਟਾਈਮ ਤੁਹਾਨੂੰ ਪਤਾ ਹੀ ਹੈ ਸਵੇਰੇ 7 ਤੋਂ 7 ਹੈ, ਟੀਵੀ 'ਤੇ ਸਾਡੇ ਨਾਲ ਗੱਲ ਤੁਹਾਡੇ ਫ੍ਰੀ ਦੇ ਵਿੱਚ ਹੁੰਦੀ ਹੈ, ਉਸ ਤੋਂ ਬਾਅਦ ਫੋਨ ਬੰਦਾ ਉਹੀ ਕਰੇ ਜਿਹਨੇ ਸਾਡੇ ਕੋਲ ਐਡਰੈਸ ਜਾਂ ਟਾਈਮ ਲੈਣਾ ਹੈ। ਫੋਰਨ 'ਚ ਕੋਈ ਬੰਦਾ ਬੈਠਾ ਉਹ ਪੈਸੇ ਜਮ੍ਹਾਂ ਕਰਾ ਕੇ ਵੀ ਗੱਲ ਕਰ ਸਕਦਾ। ਸਾਡਾ ਪ੍ਰੋਗਰਾਮ ਸਮਾਪਤ ਹੋ ਰਿਹਾ, ਕੱਲ੍ਹ ਇਸੇ ਚੈਨਲ 'ਤੇ ਫਿਰ ਮਿਲਾਂਗੇ। ਅੱਜ ਸਾਨੂੰ ਦਿਓ ਇਜਾਜ਼ਤ। ਜੈ ਸ਼੍ਰੀ ਰਾਮ।